ਆਰਮੀ ਦੇ ਵਿੱਚ ਜੌਬ ਕਰਕੇ ਆਇਆ तकरीबन 20 ਸਾਲ ਲਾ ਕੇ ਆਇਆ ਮੈਂ ਵੀ ਤੁਸੀਂ ਆਏ ਜੇਕਰ ਬਸਤੇ ਚੜਦੇ ਆ ਤਾਂ ਤੁਸੀਂ ਆਏ ਕਹਿ ਦੋ ਵੀ ਚਿੱਟੇ ਵਾਲੇ ਪਿੰਡ ਜਾਣਾ ਤੇ ਤੁਹਾਨੂੰ ਮਤਲਬ ਗਵਿੰਦਪੁਰੇ ਧਾਰ ਦੇਣਗੇ ਫਿਰ ਮੈਂ ਹੌਲੀ ਹੌਲੀ ਥੋੜੇ ਥੋੜੇ ਇੱਕ ਇੱਕ ਦੋ ਦੋ ਕਰਕੇ ਇਵੈਂਟ ਲਾਉਣੇ ਸਟਾਰਟ ਕੀਤੇ ਤੇ ਬੱਚੇ ਜਿਵੇਂ ਜਿਵੇਂ ਦੇਖਦੇ ਗਏ ਇਹ ਚੀਜ਼ ਨੂੰ ਹੌਲੀ 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 ਨਾਲ ਜੁੜਦੇ ਗਏ ਜਿਹੜਾ ਬੱਚਾ ਬਿਲਕੁਲ ਗਰੀਬ ਆ ਉਹਨੂੰ ਐਂ ਲੱਗਦਾ ਵੀ ਮੈਂ ਉੱਥੇ ਤੱਕ ਪਹੁੰਚ ਨਹੀਂ ਸਕਦਾ ਤਾਂ ਮੈਨੂੰ ਕਾਲ ਕਰੇ ਡਾਇਰੈਕਟਲੀ ਮੈਂ ਉਹਨੂੰ ਆਉਣ ਦਾ ਕਰਾਇਆ ਵੀ ਦੇਊਗਾ ਪਿੰਡ ਤੋਂ ਹੀ ਦੋ ਬੱਚਿਆਂ ਤੋਂ ਸਟਾਰਟਿੰਗ ਪੁਆਇੰਟ ਅੱਜ ਉਹ ਅਗਨੀਵੀਰ ਦੇ ਵਿੱਚ ਜੁਆਇਨ ਕਰ ਚੁੱਕੇ ਆ ਮੈਂ ਹੁਣ ਸਵੇਰ ਮਾਰਨਿੰਗ ਇਹਨਾਂ ਨੂੰ ਫਿਜ਼ੀਕਲ ਦੀ ਟ੍ਰੇਨਿੰਗ ਦੇ ਕੇ ਉਸ ਤੋਂ ਬਾਅਦ ਆਪਦਾ ਕੰਮ ਧੰਦੇ ਕਰਦਾ ਸ਼ਾਮ ਨੂੰ ਅਗਰ ਕੋਈ ਬੱਚੇ ਕਹਿੰਦੇ ਆ ਤਾਂ ਮੈਂ 5 ਵਜੇ ਤੋਂ ਪਹਿਲਾਂ ਆ ਜਾਣਾ ਤੇ ਮੈਂ ਇਹ ਸੇਵਾ ਨਿਭਾ ਰਿਹਾ ਸਰ ਘੰਟੀ ਨੇ ਅਲੱਗ-ਅਲੱਗ ਸਟੇਟਾਂ ਤੋਂ ਬੱਚੇ ਹੁਣ ਤੁਹਾਡੇ ਕੋਲੇ ਆ ਰਹੇ ਆ ਹੁਣ ਵਿਜ਼ਨ ਕੀ ਸੋਚਿਆ ਤਾਂ ਜੇ ਲਾਲਚੀ ਕਰਨਾ ਹੁੰਦਾ ਤਾਂ ਇਹਨਾਂ ਤੋਂ ਜਿੰਨੀ ਮਰਜ਼ੀ ਫੀਸ ਮੈਂ ਅਫੋਰਡ ਕਰ ਸਕਦਾ ਹਾਂ ਮੈਨੂੰ ਉਹ ਚੀਜ਼ ਦਾ ਹੈ ਨਹੀਂ ਵਾਇਗਰੂ ਨੇ ਆਪਾਂ ਨੂੰ ਚੰਗੀ ਪੈਨਸ਼ਨ ਦਿੱਤੀ ਆ ਨਹੀਂ ਕੰਮ ਕੋਈ ਔਖਾ ਨਹੀਂ ਹੁੰਦਾ ਜੀ ਬਸ ਮਿਹਨਤ ਕਰਨੀ ਪੈਂਦੀ ਆ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਸਾਡਾ ਡੇਰੇ ਵਾਲਾ ਗਰਾਊਂਡ ਬਹੁਤ ਕਰਮ ਵਾਲਾ ਹੈ ਇੱਥੇ ਜਿਹੜਾ ਵੀ ਮਿਹਨਤ ਲਾਉਂਦਾ ਕੋਈ ਨਾ ਕੋਈ ਬਣ ਕੇ ਆਉਂਦਾ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਇਹ ਕੋਸ਼ਿਸ਼ ਆ ਵੀ ਇਹ ਡਿਫੈਂਸ ਨਾਲ ਸਾਰਾ ਪਿੰਡ ਜੁੜਿਆ ਹੋਊਗਾ ਤੇ ਸਾਰੇ ਬੱਚੇ ਸਿਹਤਮੰਦ ਹੋਣਗੇ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਤੇ ਮੈਂ ਹਾਂ ਜੱਸੀ ਬਰਾੜ ਅੱਜ ਬਠਿੰਡਾ ਦੇ ਨੇੜੇ ਇੱਕ ਅਜਿਹੇ ਪਿੰਡ ਦੇ ਵਿੱਚ ਲੈ ਕੇ ਆਇਆ ਜਿਸ ਪਿੰਡ ਦਾ ਨਾਮ ਨਸ਼ੇ ਨਾਲ ਇੰਨਾ ਕਿ ਜੁੜ ਗਿਆ ਕਹਿੰਦੇ ਇਹ ਪਿੰਡ ਪੂਰੀ ਤਰ੍ਹਾਂ ਬਦਨਾਮ ਹੋ ਗਿਆ ਇਸ ਪਿੰਡ ਦੀ ਗੱਲ ਕਰਦੇ ਆ ਤਾਂ ਇਸ ਪਿੰਡ ਦੇ ਵਿੱਚ ਕਹਿੰਦੇ ਕੋਈ ਵੀ ਆਪਣੇ ਧੀ ਪੁੱਤ ਦਾ ਰਿਸ਼ਤਾ ਕਰਨ ਲਈ ਤਿਆਰ ਨਹੀਂ ਹੁੰਦਾ ਸੀ ਹਾਲਾਤ ਇੰਨੇ ਖਮਾੜੇ ਹੋ ਗਏ ਸੀ ਜਦੋਂ ਪਿੰਡ ਦਾ ਨਾਂ ਕਿਸੇ ਕੋਲੇ ਲੈਂਦੇ ਸੀ ਤਾਂ ਸੰਗ ਦੇ ਨਾਲ ਲੈਂਦੇ ਸੀ ਇੱਕ ਨਮੋਸ਼ੀ ਨਾਲ ਲੈਂਦੇ ਸੀ ਪਰ ਅੱਜ ਉਸ ਪਿੰਡ ਦੀ ਇੱਕ ਵੱਖਰੀ ਤਸਵੀਰ ਦਿਖਾਉਣ ਜਾ ਰਹੇ ਹਾਂ ਸਾਡੇ ਪੰਜਾਬ ਦੇ ਨੌਜਵਾਨ ਤਿਆਂ ਅਤੇ ਨੌਜਵਾਨ ਸਾਡੇ ਜਿਹੜੇ ਵੀਰ ਨੇ ਉਹ ਮੌਜੂਦ ਨੇ ਬੱਚੇ ਮੌਜੂਦ ਨੇ ਛੋਟੇ ਛੋਟੇ ਪਰ ਸਭ ਤੋਂ ਵੱਡੀ ਖਾਸੀਅਤ ਦਿਖਾਵਾਂਗੇ ਇਹ ਬੱਚੇ ਆ ਜਿਹੜੇ ਇੱਕ ਵਰਕਆਊਟ ਕਰ ਰਹੇ ਆ ਸਵੇਰੇ ਸਿਰੇ ਦਾ ਸਮਾਂ तकरीबन 5 ਵਜੇ ਦਾ ਸਮਾਂ ਤੇ 5 6 ਵਜੇ ਦੇ ਸਮੇਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਸਾਡੇ ਨੌਜਵਾਨ ਆ ਜਿਹੜੇ ਲਗਾਤਾਰ ਵਰਕਆਊਟ ਕਰ ਰਹੇ ਆ ਵਰਕਆਊਟ ਆਰਮੀ ਅਤੇ ਪੁਲਿਸ ਦੀ ਤਿਆਰੀ ਕਰ ਰਹੇ ਆ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਸ਼ ਦੀ ਸੇਵਾ ਕਰਨੀ ਹੈ ਉਹ ਦੇਸ਼ ਦੀ ਸੇਵਾ ਕਰਨ ਦੇ ਲਈ ਤਿਆਰੀਆਂ ਵੱਡੀਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਹੈ ਜਿਹੜੀ ਅ ਤਿਆਰੀਆਂ ਵਧ ਰਹੀ ਹੈ ਇਹ ਤਿਆਰੀਆਂ ਦੇਸ਼ ਦੀ ਸੇਵਾ ਕਰਨ ਦੇ ਲਈ ਹੈ ਕਿਉਂਕਿ ਲਗਾਤਾਰ ਪੰਜਾਬ ਤੇ ਬਠਿੰਡਾ ਦੀ ਜੇਕਰ ਮੈਂ ਏਰੀਆ ਦੀ ਗੱਲ ਕਰਾਂ ਮਾਲਵਾ ਏਰੀਆ ਦੀ ਗੱਲ ਕਰਲਾਂ ਤਾਂ ਮਾਲਵਾ ਏਰੀਆ ਨੂੰ ਬਦਨਾਮ ਕੀਤਾ ਜਾਂਦਾ ਕਹਿੰਦੇ ਨਸ਼ੇ ਦਾ ਗੜ ਬਣ ਗਿਆ ਇੱਥੇ ਨਸ਼ੇ ਤੋਂ ਬਿਨਾਂ ਰਹਿਾਈ ਕੁਝ ਨਹੀਂ ਪਰ ਤੁਸੀਂ ਦੇਖ ਸਕਦੇ ਹੋ ਸਾਡੇ 6 6 650 6 6.5 ਫੁੱਟ ਦੇ ਨੌਜਵਾਨ ਮੈਂ ਗੱਲ ਕਰਾਂ ਤਾਂ ਜਿਹੜੀ ਵੱਡੇ ਵੱਡੇ ਕੱਦਾਂ ਦੇ ਨੌਜਵਾਨ ਤੇ ਚੰਗੇ ਜੁੱਸੇ ਵਾਲੇ ਨੌਜਵਾਨਾ ਜਿਹੜੇ ਵਰਕਆਊਟ ਕਰ ਰਹੇ ਆ ਤੇ ਸਾਡੀਆਂ ਧੀਆ ਵੀ ਕਹਿੰਦੇ ਕਿਥੇ ਘਟ ਨਹੀਂ ਆ ਇਹ ਧੀਆ ਸਾਡੀਆਂ ਕਹਿੰਦੇ ਹੁੰਦੇ ਨਾ ਚੁੱਲ੍ਹੇ ਚੌਕੇ ਤੋਂ ਕਹਿੰਦੇ ਬਾਹਰ ਨਹੀਂ ਨਿਕਲਦੀਆਂ ਪਰ ਤੁਸੀਂ ਦੇਖ ਸਕਦੇ ਹੋ ਸਾਡੀਆਂ ਧੀਆ ਵਰਕਆਊਟ ਕਰ ਰਹੀਆਂ ਤੇ ਲਗਾਤਾਰ ਜਿਹੜੀ ਮਿਹਨਤ ਉਹ ਕੀਤੀ ਜਾ ਰਹੀ ਹੈ ਇਹ ਮਿਹਨਤ ਦੇ ਪਿੱਛੇ ਵੀ ਇੱਕ ਬਹੁਤ ਵੱਡਾ ਰਾਜ ਹੈ ਕਹਿੰਦੇ ਕਿਸੇ ਨੂੰ ਜੇ ਤੁਸੀਂ ਤਾਨਾ ਮਾਰਤਾ ਨਾ ਉਹ ਬੰਦਾ ਕਹਿੰਦੇ ਨਮੋਸ਼ ਹੋ ਜਾਂਦਾ ਵੀ ਯਾਰ ਤੁਸੀਂ ਮੈਨੂੰ ਤਾਨਾ ਮਾਰਤਾ ਤਾਂ ਮੈਂ ਨਮੋਸ਼ੀ ਦੇ ਵੱਲ ਚਲਾ ਗਿਆ ਪਰ ਨਹੀਂ ਅੱਜ ਇੱਕ ਐਸੇ ਕਹਿੰਦੇ ਫੌਜੀ ਵੀਰ ਨਾਲ ਗੱਲਬਾਤ ਕਰਾਵਾਂਗੇ ਰਿਟਾਇਰਡ ਫੌਜੀ ਵੀਰ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਹਿੰਦੇ ਜਿਹੜੇ ਆਰਮੀ ਪਰਸਨ ਹੁੰਦੇ ਆ ਨਾ ਉਹ ਉਹਨਾਂ ਦੇ ਵਿੱਚ ਜੇਰਾ ਬਹੁਤ ਹੁੰਦਾ ਉਹ ਕਹਿੰਦੇ ਅਸੀਂ ਕਿਸੇ ਵੀ ਚੀਜ਼ ਨੂੰ ਨਾ ਮੁਮਕਿਨ ਤੋਂ ਮੁਮਕਿਨ ਕਰ ਦਿੰਨੇ ਆ ਇਸ ਵੀਰ ਨੂੰ ਕਿਸੇ ਨੇ ਤਾਨਾ ਮਾਰਿਆ ਕਹਿੰਦੇ ਉਹ ਤੂੰ ਤਾਂ ਯਾਰ ਉਸ ਪਿੰਡ ਦਾ ਹੈ ਜਿਸ ਪਿੰਡ ਦੇ ਵਿੱਚ ਨਸ਼ਾ ਖੰਡ ਬਾਗ ਵਿਕਦਾ ਹੈ ਕਹਿੰਦੇ ਖੰਡ ਤਾਂ ਭਾਵੇਂ ਨਾ ਮਿਲੇ ਪਰ ਨਸ਼ਾ ਜਰੂਰ ਮਿਲ ਜੂਗਾ ਕਿਸੇ ਦੁਕਾਨ ਦੇ ਉੱਪਰੋਂ ਅੱਜ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕ ਵੀਰ ਹੈ ਜਿਹੜਾ ਲਗਾਤਾਰ ਐਪਰੀਸ਼ੀਏਟ ਆ ਉਹ ਕਰ ਰਿਹਾ ਆਪਣੇ ਜਿਹੜੇ ਜਵਾਨ ਹੈ ਉਹਨਾਂ ਨੂੰ ਟ੍ਰੇਨਿੰਗ ਆ ਉਹ ਦਿੱਤੀ ਜਾ ਰਹੀ ਹੈ ਬਬਾਈ ਦੇ ਨਾਲ ਵੀ ਗੱਲਬਾਤ ਕਰਦੇ ਆ ਬਾਈ ਸਵਾਗਤ ਆ ਤੁਹਾਡਾ ਪ੍ਰਾਇਮਰੀਸ਼ਾ ਤੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਸੁਖपाल ਸਿੰਘ ਆ ਪਿੰਡ ਗਵੰਦਪੁਰਾ ਤੋਂ ਮੈਂ ਬਿਲੋਂਗ ਕਰਦਾ ਤੇ ਸਭ ਤੋਂ ਪਹਿਲਾਂ ਤੁਹਾਡੀ ਸਮੁੱਚੀ ਟੀਮ ਪ੍ਰਾਈਮੇਅਰ ਸ਼ੀਆ ਟੀਵੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਗਰਾਊਂਡ ਵਿੱਚ ਪਹੁੰਚੇ ਉਹ ਸੇਤਾਂ ਠੀਕ ਨੇ ਬਹੁਤ ਵਧੀਆ ਜੀ ਕਿਰਪਾ ਵਾਹਿਗੁਰੂ ਦੀ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਹਨ ਕਹਿੰਦੇ ਸਵੇਰੇ ਸਵੇਰੇ ਦਾ ਮਿਰਰਗੇ ਦਾ ਉੱਠਣ ਨੂੰ ਜੀ ਨਹੀਂ ਕਰਦਾ ਤੇ ਤੁਸੀਂ 5 ਵਜੇ ਇਹਨਾਂ ਦੀਆਂ ਰੇਸਾਂ ਲਵਾਉਣ ਲੱਗ ਜਾਨੇ ਹੋ ਰੇਸਾਂ ਸਰ ਸਿਸਟਮ ਪਤਾ ਕੀ ਆ ਇੱਕ ਤਾਂ ਸਟਾਰਟਿੰਗ ਪੁਆਇੰਟ ਹੈ ਕਿ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਆਰਮੀ ਦੇ ਵਿੱਚ ਜੌਬ ਕਰਕੇ ਆਇਆ तकरीबन 20 ਸਾਲ ਲਾ ਕੇ ਆਇਆ ਮੈਂ ਤੇ ਉਥੋਂ ਦਾ ਜਿਹੜਾ ਰੁਟੀਨ ਬਣਿਆ ਹੋਇਆ ਤੇ ਉਹੀ ਰੁਟੀਨ ਨੂੰ ਆਪਾਂ ਮਤਲਬ ਸਟਾਰਟ ਰੱਖਿਆ ਗਿਆ ਪਿੰਡ ਦੇ ਅਕੋਰਡਿੰਗ ਭਾਈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਹਿੰਦੇ ਜਿਹੜੇ ਪਿੰਡ ਦੇ ਤੁਸੀਂ ਵਸਨੀਕ ਹੋ ਇਹ ਪਿੰਡ ਦਾ ਤਾਂ ਕਹਿੰਦੇ ਹਟ ਲਿਸਟ 'ਚ ਨਾ ਆਉਂਦਾ ਇੱਕ ਰੈੱਡ ਮਾਰਕਾ ਜਾਂ ਨਹੀਂ ਲੱਗ ਜਾਂਦਾ ਲਾਲ ਮਾਰਕਾ ਜਾਂ ਕਹਿੰਦੇ ਵੀ ਇਹ ਪਿੰਡ 'ਚ ਤਾਂ ਕਹਿੰਦੇ ਨਸ਼ਾ ਖੰਡ ਵਾਂਗ ਵਿਕਦਾ ਕਹਿੰਦੇ ਪੁੜੀਆਂ ਚ ਪੈਕ ਪੈਕ ਕਰ ਕਰਕੇ ਇਸ ਤਰ੍ਹਾਂ ਦੇ ਦਿੰਦੇ ਆ ਵੀ ਜਿਵੇਂ ਖੰਡ ਲੈਣ ਚੱਲੇ ਹੁੰਨੇ ਆ ਹਾਂਜੀ ਇਹ ਗੱਲ ਹੈ ਮਤਲਬ 100% ਸਹੀ ਆ ਤਕਰੀਬਨ ਕਾਫੀ ਚੈਨਲਾਂ ਨੇ ਵੀ ਇਹ ਚੀਜ਼ ਨੂੰ ਕੀਤਾ ਗਿਆ ਐਨਲਾਈਜ਼ ਕੀਤਾਗਾ ਤੇ ਬਹੁਤ ਸਾਰੇ ਚੈਨਲ ਨੇ ਇਹ ਚੀਜ਼ ਨੂੰ ਹੋਰ ਜ਼ਿਆਦਾ ਬढ़ावा ਦਿੱਤਾ ਕਹਿੰਦੇ ਹੁੰਦਾ ਕੁਸਕਤਾ ਬੰਦਾ ਹੁੰਦਾ ਕੁਝ ਜ਼ਿਆਦਾ ਉਹਨੂੰ ਕਹਿੰਦੇ ਹੁੰਦੇ ਬਣਾ ਦਿੱਤਾ ਜਾਂਦਾ ਹਣਾ ਮੈਂ ਇਹ ਨਹੀਂ ਕਹਿੰਦਾ ਮੇਰੇ ਪਿੰਡ ਦੇ ਵਿੱਚ ਨਸ਼ਾ ਨਹੀਂ ਹੈਗਾ ਅੱਜ ਵੀ ਆ ਤੇ ਪਹਿਲਾਂ ਵੀ ਸੀ ਵਟ ਕੀ ਆ ਵੀ ਹੋਣਾ ਕਾਫੀ ਰੋਕ ਥਾਮਾ ਹੂੰ ਨਸ਼ੇ ਨੂੰ ਲੈ ਕੇ ਹੀ ਅੱਜ ਜਿਹੜਾ ਤੁਸੀਂ ਇਹ ਐਕਟੀਵਿਟੀ ਦੇਖ ਰਹੇ ਆ ਮਤਲਬ ਗਰਾਊਂਡ ਦਾ ਵਰਕ ਆ ਜਿਹੜਾ ਇਹ ਨਸ਼ੇ ਨੂੰ ਲੈ ਕੇ ਹੀ ਸਟਾਰਟ ਕੀਤਾ ਹੋਇਆਗਾ ਜਿਹੜਾ ਮੇਰਾ ਪਿੰਡ ਆ ਗਵਿੰਦਪੁਰਾ ਇਹਨੂੰ ਮਤਲਬ ਚੈਨਾ ਦੇ ਵਿੱਚ ਐ ਟਾਰਗੇਟ ਕੀਤਾ ਗਿਆ ਕਹਿੰਦੇ ਵੀ ਇਸ ਪਿੰਡ ਦਾ ਨਾਮ ਗਵਿੰਦਪੁਰਾ ਨਾ ਲਾਓ ਚਿੱਟੇ ਵਾਲਾ ਪਿੰਡ ਕਹਿ ਦਿਓ ਅੱਛਾ ਇੱਥੋਂ ਤੱਕ ਲਾ ਹਾਂਜੀ ਹਾਂਜੀ ਵੀ ਤੁਸੀਂ ਐ ਜੇਕਰ ਬਸ ਤੇ ਚੜਦੇ ਆ ਤਾਂ ਤੁਸੀਂ ਐ ਕਹਿ ਦਿਓ ਵੀ ਚਿੱਟੇ ਵਾਲੇ ਪਿੰਡ ਜਾਣਾ ਤੇ ਤੁਹਾਨੂੰ ਮਤਲਬ ਗਵਿੰਦਪੁਰੇ ਧਾਰ ਦੇਣਗੇ ਤੇ ਇਹ ਚੀਜ਼ ਬਿਲਕੁਲ ਮਤਲਬ ਗਲਤ ਆ ਕਹਨੇ ਹੁੰਦੇ ਆ ਵੀ ਐ ਨਹੀਂ ਕਹਿਣਾ ਚਾਹੀਦਾ ਵੈਸੇ ਤਾਂ ਤੇ ਇਹ ਜਿਹੀ ਗੱਲਬਾਤ ਵੀ ਹੈ ਨਹੀਂ ਵੀ ਤੁਸੀਂ ਐ ਕਹਿ ਕੇ ਇੱਥੇ ਪਹੁੰਚ ਜਾਓਗੇ ਹਨਾ ਚਿੱਟਾ ਹੈ ਅੱਜ ਵੀ ਹੈ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸ ਰਿਹਾ ਤੇ ਕੁਝ ਰੋਕਤਾਂ ਮੈਂ ਪਿੱਛੇ ਜੇ ਜੌਬ ਕਰਦਾ ਸੀ ਕਿਤੇ ਪ੍ਰਾਈਵੇਟ ਆਧਾਰੇ ਦੇ ਨਾਲ ਮੈਂ ਆਰਮੀ ਦੇ ਵਿੱਚ ਰਿਟਾਇਰ ਹੋਣ ਤੋਂ ਬਾਅਦ ਜਦੋਂ ਉੱਥੇ ਮਤਲਬ ਡਿਊਟੀ ਡਿਊਟੀ ਜੁਆਇਨ ਕੀਤੀ ਤੇ ਮੇਰੇ ਨਾਲ ਦਾ ਕੋਈ ਮੁਲਾਜ਼ਮ ਮੈਨੂੰ ਮਜ਼ਾਕੀਆ ਤੌਰ ਤੇ ਨਹੀਂ ਆਪਾਂ ਕਹਿ ਦਿੰਦੇ ਆ ਵੀ ਯਾਰ ਤੁਹਾਡਾ ਤਾਂ ਆ ਕੰਮ ਹੋ ਗਿਆ ਤੇ ਇੱਕ ਉਹ ਮੈਨੂੰ ਇਹ ਕਹਿਣ ਲੱਗਿਆ ਕਹਿੰਦਾ ਯਾਰ ਅ ਵੀ ਤੇਰਾ ਤਾਂ ਪਿੰਡ ਹੀ ਬਹੁਤ ਮਸ਼ਹੂਰ ਆ ਕਿਉਂਕਿ ਚੈਨਲਾਂ ਨੇ ਆਮ ਕਰ ਰੱਖੀ ਸੀ ਇਹ ਗੱਲ ਤੇ ਕਹਿੰਦਾ ਵੀ ਚਿੱਟੇ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਆ ਤੇਰਾ ਪਿੰਡ ਤੇ ਯਾਰ ਤੁਹਾਡੇ ਪਿੰਡ ਤਾਂ ਰਸਤਾ ਵੀ ਨਹੀਂ ਹੋਣਾ ਤੇ ਉਹਨੇ ਤਾਂ ਮਜ਼ਾਕ ਚ ਕਿਹਾ ਸੀ ਲੇਕਿਨ ਉਹ ਗੱਲ ਮੇਰੇ ਅੰਦਰ ਘਰ ਕਰ ਗਈ ਯਾਰ ਵੀ ਬਾਕੀ ਇਹ ਸਹੀ ਗੱਲ ਆ ਕਿਉਂਕਿ ਆਪਣਾ ਵੀ ਬੱਚੇ ਆਗੇ ਹਨਾ ਆਉਣ ਵਾਲੇ ਸਮੇਂ ਚ ਉਹਨਾਂ ਨੇ ਵੱਡੇ ਹੋਣਾ ਤੇ ਜਿਹੜੀ ਨਿਊ ਜਨਰੇਸ਼ਨ ਆ ਗਈ ਨਿਊ ਯੂਥ ਆ ਗਈ ਉਹਨਾਂ ਤੇ ਕੀ ਪ੍ਰਭਾਵ ਪੈਂਦਾ ਇਹ ਚੀਜ਼ ਦਾ ਜੇ ਚਿੱਟਾ ਹੈ ਤਾਂ ਉਹਨੂੰ ਦੇਖਦੇ ਕੇ ਖੋਰ ਜਿਆਦਾ ਲੋਕ ਵਿਗੜਨਗੇ ਕਹਿੰਦੇ ਹੁੰਦੇ ਆ ਜੈਸਾ ਬੀਜ ਬੀਜੋਗੇ ਉਹੇ ਜਿਹਾ ਹੀ ਉਗੂਗਾ ਹਨਾ ਤੇ ਬਹੁਤ ਸਾਰੇ ਲੋਕ ਆ ਜਿਹੜੇ ਚਿੱਟੇ ਦੇ ਤਸਕਰ ਆ ਸਾਡੇ ਪਿੰਡ ਤੇ ਜਿਹੜਾ ਚਿੱਟਾ ਲਾਉਣ ਵਾਲੇ ਬਹੁਤ ਆ ਤਾਂ ਵੇਚਣ ਵਾਲੇ ਵੀ ਉਸ ਤੋਂ ਜ਼ਿਆਦਾ ਬਹੁਤ ਆਗੇ ਠੀਕ ਹੈ ਤੇ ਮੈਂ ਇਹ ਚੀਜ਼ ਉਸ ਦਿਨ ਪੱਲੇ ਬੰਨ ਲਈ ਕਿ ਯਾਰ ਕੁਝ ਆਪਾਂ ਅਗਰ ਨਹੀਂ ਕਿਸੇ ਲਈ ਕਰ ਸਕਦੇ ਕਮ ਸੇ ਕਮ ਆਪਦੇ ਪਿੰਡ ਲਈ ਥੋੜਾ ਬਾਧਾ ਤਾਂ ਕੋਈ ਅਜਿਹੇ ਕੰਮ ਕਦਮ اٹھਾਈਏ ਵੀ ਜਿਹੜਾ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਸਹੀ ਰਾਸਤਾ ਮਿਲ ਜੇ ਤੇ ਉਸ ਪਰਪਰਪ ਜੀ ਨੂੰ ਲੈ ਕੇ ਸਰ ਮੈਂ ਗਰਾਊਂਡ ਦੇ ਨਾਲ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਜੋੜਿਆ ਫਿਰ ਹੌਲੀ ਹੌਲੀ ਕਰਕੇ ਦੋ ਦੋ ਚਾਰ ਚਾਰ ਕਰਕੇ ਬੱਚਿਆਂ ਨੂੰ ਮੈਂ ਗਰਾਊਂਡ ਦੇ ਨਾਲ ਜੋੜਨ ਦੀ ਕੋਸ਼ਿਸ਼ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਹਿੰਦੇ ਜੇ ਸ਼ੁਰੂਆਤ ਕਰਨੀ ਹੁੰਦੀ ਹੈ ਨਾ ਉਦੋਂ ਕਹਿੰਦੇ ਫਿਰ ਦਿੱਕਤਾਂ ਹੀ ਦਿੱਕਤਾਂ ਆਉਂਦੀਆਂ ਕਹਿੰਦੇ ਜਦੋਂ ਬੰਦਾ ਇਕੱਲਾ ਤੁਰਦਾ ਨਾ ਸਭ ਤੋਂ ਪਹਿਲਾਂ ਤਾਂ ਤਾਣਾ ਮਿਲਿਆ ਥੋੜੇ ਦਫ਼ਤਰ ਚੋਂ ਤੇ ਫਿਰ ਦੂਜਾ ਤਾਂ ਨਾ ਇੱਥੇ ਨਹੀਂ ਮਿਲਿਆ ਵੀ ਯਾਰ ਕਿਧਰ ਫੌਜੀ ਤੁਰ ਪਿਆ ਲੈ ਕੇ ਜਵਾਕਾਂ ਨੂੰ ਕਿਤੇ ਐ ਨੂੰ ਤੁਰ ਪੰਦਾ ਲਾਰਜੀ ਬਣਾ ਕੇ ਕਿਧਰ ਨੂੰ ਤੁਰ ਪੰਦਾ ਹਾਂਜੀ ਹਾਂਜੀ ਇਹ ਤਾਂ ਹੈ ਗੱਲ ਮਤਲਬ ਬਹੁਤ ਸਾਰੇ ਲੋਕ ਆ ਕਹਿੰਦੇ ਹੁੰਦੇ ਜੇ ਉਹ سپورਟ ਨਹੀਂ ਕਰਦੇ ਤਾਂ ਉਹ ਕਿਸੇ ਦੇ ਕਹਿੰਦੇ ਹੁੰਦੇ ਪੈਰਾਂ ਦੇ ਵਿੱਚ ਬੇੜੀਆਂ ਵੀ ਬਹੁਤ ਪਾਉਂਦੇ ਹਨ ਜਦੋਂ ਮੇਰਾ ਸਟਾਰਟਿੰਗ ਪੁਆਇੰਟ ਸੀਗਾ ਮੈਨੂੰ ਥੋੜਾ ਖੁਦ ਨੂੰ ਵੀ ਚਿਚਕ ਜੀ ਸੀਗੀ ਕਿ ਯਾਰ ਕਿਵੇਂ ਜੇ ਮੈਂ ਲੋਕਾਂ ਨੂੰ ਲੈ ਕੇ ਆਉਂਗਾ ਗਰਾਊਂਡ ਦੇਖਿਆ ਤੇ ਥੋੜੀ ਬਹੁਤੀ ਹੈਲਪ ਕੀ ਮਤਲਬ ਜਾਰਾ ਮਦਦਰਾ ਨੇ ਵੀ ਕੀਤੀ ਯਾਰ ਵੀ ਗਰਾਊਂਡ ਦੇ ਵਿੱਚ ਆਪਾਂ ਕਿਵੇਂ ਟਰੈਕ ਨੂੰ ਰੈਡੀ ਕਰਨਾ ਥੋੜੀ ਬਹੁਤੀ ਡਿਸਕਸ਼ਨ ਉਹਨਾਂ ਨਾਲ ਹੋਈ ਤੇ ਮੈਨੂੰ ਕਾਫੀ ਲੋਕਾਂ ਨੇ ਹੈਲਪ ਵੀ ਕੀਤਾ ਵੀ ਕਿ ਚਲੋ ਅਸੀਂ ਸਪੋਰਟ ਕਰਦੇ ਆਂਗੇ ਤੇ ਲੇਕਿਨ ਜਿਹੜਾ ਇਹ ਇਵੈਂਟ ਲੱਗਦਾ ਇਹਨਾਂ ਦਾ ਤਾਂ ਫਾਈਨੈਂਸ਼ੀਅਲ ਸਪੋਰਟ ਵੀ ਬਹੁਤ ਜ਼ਰੂਰੀ ਆ ਹਨਾ ਫਿਰ ਮੈਂ ਹੌਲੀ ਹੌਲੀ ਥੋੜੇ ਥੋੜੇ ਇੱਕ ਇੱਕ ਦੇ ਦੋ ਦੋ ਕਰਕੇ ਇਵੈਂਟ ਲਾਉਣੇ ਸਟਾਰਟ ਕੀਤੇ ਤੇ ਬੱਚੇ ਜਿਵੇਂ ਜਿਵੇਂ ਦੇਖਦੇ ਗਏ ਇਹ ਚੀਜ਼ ਨੂੰ ਹੌਲੀ 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 ਨਾਲ ਜੁੜਦੇ ਗਏ ਤੇ ਅੱਜ ਕਾਫੀ ਚੀਜ਼ਾਂ ਅਸੀਂ ਲਾਤੀਆਂ ਜਿਹੜੀਆਂ ਆਰਮੀ ਦੇ ਅਕੋਰਡਿੰਗ ਜਿੰਨੇ ਵੀ ਟੈਸਟ ਆ ਉਹਨਾਂ ਦੇ ਅਕੋਰਡਿੰਗ ਅਸੀਂ ਉਹ ਇਵੈਂਟ ਲਾਈ ਜਾਂਦੇ ਆਗੇ ਹੌਲੀ ਹੌਲੀ ਮੇਰਾ ਅਗਲਾ ਵੀ ਪ੍ਰੋਸੈਸ ਆ ਕਿ ਮੈਂ ਕੋਸ਼ਿਸ਼ ਜਿਵੇਂ ਜਿਵੇਂ ਮੇਰੀ ਆ ਖੋਦੀ ਇਨਕਮ ਆ ਉਹਦੇ ਵਿੱਚੋਂ ਕਿਉਂਕਿ ਮੈਂ ਕੋਈ ਵੈਸੇ ਤਾਂ ਕੋਈ ਆਪਾਂ ਟ੍ਰੇਨਿੰਗ ਦੇ ਵਿੱਚੋਂ ਕੋਈ ਪੈਸਾ ਨਹੀਂ ਲੈਂਦੇ ਕਿਉਂਕਿ ਬਿਲਕੁਲ ਫ੍ਰੀ ਆਫ ਸੇਵਾ ਕੀ ਹੈ ਕਿਸੇ ਬੱਚੇ ਤੋਂ ਆਪਾਂ ਭਾਵੇਂ ਉਹ ਦੂਰੋਂ ਆ ਨੇੜੋਂ ਆ ਇੱਥੋਂ ਤੱਕ ਕਿ ਮੈਂ ਪਿਛਲੇ ਇੰਟਰਵਿਊ 'ਚ ਵੀ ਬੋਲਿਆ ਸੀ ਜਿਹੜਾ ਬੱਚਾ ਬਿਲਕੁਲ ਗਰੀਬ ਆ ਉਹਨੂੰ ਐ ਲੱਗਦਾ ਵੀ ਮੈਂ ਉੱਥੇ ਤੱਕ ਪਹੁੰਚ ਨਹੀਂ ਸਕਦਾ ਤਾਂ ਮੈਨੂੰ ਕਾਲ ਕਰੇ ਡਾਇਰੈਕਟਲੀ ਮੈਂ ਉਹਨੂੰ ਆਉਣ ਦਾ ਕਿਰਾਇਆ ਵੀ ਦੇਉਂਗਾ। ਅੱਛਾ ਇੱਥੋਂ ਤੱਕ ਹੈ। ਹਾਂਜੀ ਹਾਂਜੀ। ਮਤਲਬ ਜਿਹੜਾ ਬੱਚਾ ਐ ਲੱਗਦਾ ਵੀ ਮੈਂ ਕੁਝ ਨਹੀਂ ਕਰ ਸਕਦਾ ਕਿਉਂਕਿ ਬਹੁਤ ਸਾਰੇ ਬੱਚੇ ਅਜਿਹੇ ਆ ਜਿਹੜੇ ਫਾਈਨੈਂਸ਼ੀਅਲ ਤੌਰ ਤੇ ਘਰੇ ਬੈਠੇ ਆ। ਨਾ ਉਹ ਕੋਈ ਅਕਾਡਮੀ ਜੁਆਇਨ ਕਰ ਸਕਦੇ ਆ ਨਾ ਉਹ ਇੰਸਟੀਚਿਊਟ ਜੁਆਇਨ ਕਰ ਸਕਦੇ ਆ ਕਿਉਂਕਿ ਜਿਹੜੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਇੰਸਟੀਚਿਊਟ ਆ ਉਹਨਾਂ ਦੀ ਜ਼ਰੂਰਤ ਸਭ ਨੂੰ ਪੈਂਦੀ ਆ। ਵੱਟ ਕੀ ਉਹਨਾਂ ਦੀ ਜਿਹੜੀ ਮਤਲਬ ਫੀਸ ਆ ਬਹੁਤ ਜ਼ਿਆਦਾ। ਲੋੜ ਤੋਂ ਵੱਧ ਕੇ ਉਹ ਹਿੱਸਾ ਲੈਂਦੇ ਆ। ਬਾਕੀ ਟਰੈਵਲਿੰਗ ਦਾ ਖਰਚਾ ਹੁੰਦਾ ਜੇ ਦੂਰੋਂ ਬੱਚਾ ਆਊਗਾ ਉਹਨ ਤੇ ਜੇ ਤਾਂ ਬੱਚੇ ਕੋਲ ਹੈਗਾ ਮੰਥਲੀ 20000 ਰੁਪਏ ਕੱਢ ਸਕਦਾ ਫਿਰ ਤਾਂ ਉਹ ਇੰਸਟੀਚਿਊਟ ਉਹ ਜੁਆਇਨ ਕਰ ਸਕਦਾ ਤੇ ਨਹੀਂ ਤਾਂ ਜਿਹੜਾ ਬੰਦਾ ਗਰੀਬ ਆ ਉਹ ਤਾਂ ਕਰ ਹੀ ਨਹੀਂ ਸਕਦਾ ਉਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਰ ਮੈਂ ਇਹ ਕਾਫੀ ਚੀਜ਼ਾਂ ਦਾ ਸਰਕਲ ਮੈਂ ਦੇਖਿਆ ਨਿਚੋੜ ਕੱਢਿਆ ਵੀ ਅਸੀਂ ਕੀ ਕਰ ਸਕਦੇ ਆ ਅਸੀਂ ਜੇ ਕਿਸੇ ਨੂੰ ਪੈਸਾ ਨਹੀਂ ਦੇ ਸਕਦੇ ਤਾਂ ਫਿਰ ਵੀ ਉਹ ਕਾਸਟ ਇੰਨੀ ਕਿਸੇਵਾ ਤਾਂ ਕਰ ਹੀ ਸਕਦੇ ਆ ਬਿਲਕੁਲ ਵੱਲੋਂ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਦੋਂ ਤੁਸੀਂ ਇਸ ਕੰਮ ਦੀ ਸ਼ੁਰੂਆਤ ਕੀਤੀ ਤੇ ਨਾ ਤੁਹਾਡੇ ਕੋਲ ਕੋਈ ਟਰੈਕ ਸੀ ਨਾ ਤੁਹਾਡੇ ਕੋਲੇ ਕੋਈ ਵਿਜ਼ਨ ਸੀ ਵਿਜ਼ਨ ਤਾਂ ਨਹੀਂ ਸੀਗਾ ਵੀ ਇੱਕ ਸੋਚ ਜ਼ਰੂਰ ਬਣੀ ਸੀ ਵੀ ਕੁਝ ਕਰਨਾ ਹੈ ਪਰ ਇਹ ਨਹੀਂ ਸੀ ਕਿਵੇਂ ਕਰਨਾ ਕਿਉਂਕਿ ਇਹਨਾਂ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਲੈ ਕੇ ਆਉਣਾ ਬਹੁਤ ਔਖਾ ਕਿਉਂਕਿ ਸਵੇਰੇ ਦੇ ਸਮੇਂ 4:30 5:00 ਵਜੇ ਉੱਠ ਕੇ ਤਾਂ ਕਹਿੰਦੇ ਵੀ ਸਕੂਲ ਜਾਣਾ ਜਵਾਕ ਨੂੰ ਤਿਆਰ ਕਰਨਾ ਔਖਾ ਜਾਂਦਾ ਪਰ ਇਹ ਬੱਚੇ ਆ ਪਹੁੰਚ ਜਾਂਦੇ ਆ ਟਾਈਮ ਸਰ ਤੇ ਉਦੋਂ ਸਿਸਟਮ ਕਿਹੇ ਜਾ ਸੀ ਕਿਸੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਂ ਉਹ ਕਿਹੇ ਜਾ ਰੁਝਾਨ ਕਿਹੇ ਜਾ ਮਿਲਿਆ ਹਾਂਜੀ ਜਿਹੜੇ ਕਹਿੰਦੇ ਹੁੰਦੇ ਆ ਪਿੰਡ ਦੇ ਇਪੋਰਟੈਂਟ ਪਰਸਨ ਹੁੰਦੇ ਆ ਮੈਂ ਨਾਮ ਨਹੀਂ ਲਵਾਂਗਾ ਉਹਨਾਂ ਨਾਲ ਮੈਂ ਗੱਲਬਾਤ ਵੀ ਕੀਤੀ ਤੇ ਉਹਨਾਂ ਤੋਂ ਮਤਲਬ ਉਹਨਾਂ ਨੇ ਮੈਨੂੰ ਮੇਰੇ ਮੂੰਹ ਤੇ ਕਹਿੰਦੇ ਹੁੰਦੇ ਆ ਖੰਡ ਬਣਨਾ ਹਨ ਤੇ ਮੈਨੂੰ ਕਿਹਾ ਵੀ ਹਾਂ ਬਈ ਤੇਰੇ ਨਾਲ ਆ ਕੋਈ ਚੱਕਰ ਨਹੀਂ ਤੂੰ ਸਟਾਰਟ ਕਰ ਲੈ ਲੇਕਿਨ ਪਿੱਠ ਪਿੱਛੇ ਗੱਲਾਂ ਕਰਦੇ ਅਗਲਾ ਕਹਿੰਦਾ ਯਾਰ ਉਦਾਂ ਹੀ ਹਨਾ ਫੌਜੀ ਵਾਲੀ ਉਹੀ ਮਤ ਜਾਂਦੇ ਦੀ ਰਫਲ ਤੇ ਆਉਂਦੇ ਦੀ ਆ ਕੱਲ ਹਨਾ ਵੀ ਇਹ ਐਵੇਂ ਬੇਲਣ ਵਾਲੀਆਂ ਗੱਲਾਂ ਕਰਦਾ ਵੀ ਤੂੰ ਕਵੀਰਦਾਰ ਬੰਦਾ ਤੂੰ ਲੈਣਾ ਕੀ ਆ ਨਾ ਅੱਛਾ ਇੱਥੋਂ ਤੱਕ ਗੱਲ ਹੋ ਗਈ ਹਾਂਜੀ ਹਾਂਜੀ ਪਰ ਮੈਂ ਆਪਦੀ ਕੋਸ਼ਿਸ਼ ਨਹੀਂ ਛੱਡੀ ਹੌਲੀ ਹੌਲੀ ਮੈਂ ਸਟਾਰਟਿੰਗ ਪੁਆਇੰਟ ਕਿੱਥੋਂ ਸੀ ਕਿਉਂਕਿ ਮੈਂ ਮੈਨੂੰ ਖੁਦ ਨੂੰ ਵੀ ਐਂ ਜਿ ਲੱਗਦੀ ਸੀ ਝਿਜਕ ਜੀ ਯਾਰ ਕਿਸੇ ਦੇ ਘਰਾਂ ਚ ਕਿਵੇਂ ਜਾਈਏ ਵੀ ਐਂ ਕਿਵੇਂ ਕਹੀਏ ਵੀ ਜਾਂ ਤੁਹਾਡੇ ਬੱਚੇ ਨੂੰ ਮੇਰੇ ਨਾਲ ਭੇਜਿਆ ਕਰੋ ਮੈਂ ਫਿਜ਼ੀਕਲ ਕਰਾਉਂਗਾ ਹਨਾ ਬਾਰ ਬਾਰ ਕਿਸੇ ਦੇ ਘਰੇ ਜਾਣਾ ਕਿਉਂਕਿ ਪਿੰਡ ਬਹੁਤ ਵੱਡਾ 8000 ਦੇ ਸਮਥਿੰਗ ਬੋਟ ਆ ਸਾਡੇ ਪਿੰਡ ਦੀ ਕਾਫੀ ਵੱਡਾ ਖੇਤਰਫਲ ਮੈਂ ਹੌਲੀ ਹੌਲੀ ਸੋ ਸਮਝ ਕੇ ਪਹਿਲਾਂ ਖੁਦ ਸਟਾਰਟ ਕੀਤਾ ਯੇ ਗਰਾਊਂਡ ਦੇ ਵਿੱਚ ਆਉਣਾ ਆਉਣਾ ਕਿ ਗਰਾਊਂ ਪਹਿਲਾਂ ਮੈਂ ਟਰੈਕ ਆ ਸਾਡਾ ਇੱਥੋਂ ਮਤਲਬ ਨਹਿਰੇ ਨਹਿਰ ਜਾਂਦਾਗਾ ਜੀ ਤੇ ਉਹਦੇ ਵਿੱਚ ਮੈਂ ਆਪ ਰਨਿੰਗ ਸਟਾਰਟ ਕੀਤੀ ਫਿਰ ਇੱਕ ਦਿਨ ਮੈਨੂੰ ਦੋ ਬੱਚੇ ਮਿਲ ਗਏ ਜੀ ਮੇਰੇ ਤੋਂ ਵੀ ਪਹਿਲਾਂ ਜਿਹੜੇ ਮਤਲਬ ਰਨਿੰਗ ਕਰ ਰਹੇ ਸੀ ਜੀ ਉਹਨਾਂ ਨੂੰ ਮੈਂ ਗੱਲਬਾਤ ਕੀਤੀ ਕਿ ਬੇਟਾ ਵੀ ਕਿਸ ਤਰ੍ਹਾਂ ਉਹ ਕਹਿੰਦੇ ਵੀ ਆਰਮੀ ਦੀ ਅੰਕਲ ਟ੍ਰੇਨਿੰਗ ਕਰ ਰਹੇ ਆ ਸੀ ਵੀ ਪ੍ਰੈਕਟਿਸ ਕਰ ਰਹੇ ਆ ਜੀ ਤੇ ਮੈਂ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਮੈਂ ਦੱਸਿਆ ਕਿ ਤੁਸੀਂ ਆਓ ਯਾਰ ਮੈਂ ਤੁਹਾਨੂੰ ਖੁਦ ਟ੍ਰੇਨਿੰਗ ਦੇਵਾਂਗਾ ਤੁਸੀਂ ਮਤਲਬ ਵਧੀਆ ਜਿੰਨੇ ਵੀ ਤੁਹਾਡੇ ਟ੍ਰਾਇਲ ਆ ਗਏ ਉਹਨਾਂ ਦੇ ਵਿੱਚ ਤੁਹਾਨੂੰ ਹੈਲਪ ਹੋਊਗੀ ਠੀਕ ਹੈ ਤੇ ਮੈਂ ਸਰ ਉਹਨਾਂ ਨੂੰ ਟ੍ਰੇਨਿੰਗ ਕਰਾਉਂਦਾ ਰਿਹਾ ਹੌਲੀ 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 15 ਦਿਨ 20 ਦਿਨ ਬਾਅਦ ਉਹਨਾਂ ਦੇ ਟ੍ਰਾਇਲ ਹੋਏ ਫਿਜ਼ੀਕਲ ਕਲੀਅਰ ਕਰ ਗਏ ਤੇ ਮੈਨੂੰ ਇਹ ਚੀਜ਼ ਦੀ ਬਹੁਤ ਖੁਸ਼ੀ ਹੋਈ ਉੱਥੋਂ ਮੇਰਾ ਸਟਾਰਟਿੰਗ ਪੁਆਇੰਟ ਸੀ ਮੇਰੇ ਪਿੰਡ ਤੋਂ ਹੀ ਦੋ ਬੱਚਿਆਂ ਤੋਂ ਸਟਾਰਟਿੰਗ ਪੁਆਇੰਟ ਅੱਜ ਉਹ ਅਗਨੀਵੀਰ ਦੇ ਵਿੱਚ ਜੁਆਇਨ ਕਰ ਚੁੱਕੇ ਆ ਤੇ ਆਪਦੀ ਜ਼ਿੰਦਗੀ ਨੂੰ ਬਹੁਤ ਵਧੀ ਹੌਲੀ ਹੌਲੀ ਉਹ ਦੋ ਬੱਚਿਆਂ ਤੋਂ ਚਾਰ-ਚਾਰ ਤੋਂ 6 ਹੌਲੀ 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 ਗਰਾਊਂਡ ਦੇ ਨਾਲ ਕਾਫੀ ਬੱਚੇ ਜੁੜ ਗਏ ਤੇ ਮੈਨੂੰ ਵੀ ਹੌਸਲਾ ਹੋਣ ਲੱਗਿਆ ਮੈਂ ਹੁਣ ਸਵੇਰ ਮਾਰਨਿੰਗ ਇਹਨਾਂ ਨੂੰ ਫਿਜ਼ੀਕਲ ਦੀ ਟ੍ਰੇਨਿੰਗ ਦੇ ਕੇ ਉਸ ਤੋਂ ਬਾਅਦ ਆਪਦਾ ਕੰਮ ਧੰਦੇ ਕਰਦਾ ਸ਼ਾਮ ਨੂੰ ਅਗਰ ਕੋਈ ਬੱਚੇ ਕਹਿੰਦੇ ਆ ਤਾਂ ਮੈਂ 5 ਵਜੇ ਤੋਂ ਪਹਿਲਾਂ ਆ ਜਾਣਾ ਤੇ ਮੈਂ ਇਹ ਸੇਵਾ ਨਿਭਾ ਰਿਹਾ ਸਰ ਘੰਟੀ ਨੇ ਸੁਖਪਾਲ ਭਾਈ ਜਦੋਂ ਮੈਂ ਦੇਖਿਆ ਵੀ ਇੱਥੇ ਤਿਆਂ ਵੀ ਬਹੁਤ ਨੇ ਕਿਉਂਕਿ ਕਹਿੰਦੇ ਤਿਆਂ ਨੂੰ ਤਾਂ ਜਦੋਂ ਘਰੋਂ ਲੈ ਕੇ ਆਉਣਾ ਹੁੰਦਾ ਨਾ ਉਦੋਂ ਇੱਕ 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 ਸਭ ਤੋਂ ਵੱਡਾ ਇੱਕ ਸਵਾਲੀਆ ਚਿੰਨ੍ਹ ਬਣ ਜਾਂਦਾ ਹੈ ਅਗਲਾ ਕਹਿੰਦਾ ਵੀ ਚੱਲ ਪੁੱਤ ਨੂੰ ਤਾਂ ਭੇਜਤਾ ਪਰ ਧੀ ਨੂੰ ਤਾਂ ਕਹਿੰਦੇ ਹਰ ਬੰਦੇ ਦੀ ਇੱਕ ਸੋਚੇ ਬਣੀ ਹੁੰਦੀ ਹੈ ਯਾਰ ਕਹਿੰਦਾ ਮੈਂ ਤਾਂ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਕਹਿੰਦੇ ਵੀ ਘਰੋਂ ਨਹੀਂ ਨਿਕਲਣ ਦਿੰਦੇ ਅੱਜ ਕੱਲ ਡਰ ਦਾ ਮਾਹੌਲ ਜੀ ਨੂੰ ਆਪਾਂ ਕਹਿ ਦਨੇ ਆ ਕਿਉਂਕਿ ਸ਼ੱਕੀ ਮਾਹੌਲ ਹੈ ਤੁਹਾਡੇ ਪਿੰਡ ਦੇ ਦਾ ਹਾਲਾਤ ਵੀ ਐਸੇ ਬਣ ਚੁੱਕੇ ਸੀ ਨਸ਼ੇ ਕਰਕੇ ਉਦੋਂ ਉਦੋਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਸਾਰਾ ਵੀ ਤੁਹਾਨੂੰ ਜਿਵੇਂ ਦੱਸਿਆ ਮੈਂ ਸਟ ਪਾ ਐਸੇ ਇਵੈਂਟ ਨੂੰ ਸਰਜ ਗਿਆ ਨਾ ਤੇ ਪਹਿਲਾ ਮੈਂ ਮੁੰਡਿਆਂ ਤੋਂ ਸਟਾਰਟ ਕੀਤਾ ਹੌਲੀ 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 ਕਿਉਂਕਿ ਜਿਹੜੇ ਹੁਣ ਅਗਨੀਵੀਰ ਹੋ ਗਿਆ ਇਹਦੇ ਵਿੱਚ ਕੁੜੀਆਂ ਦਾ ਵੀ ਮਤਲਬ ਕਾਫੀ ਪਰਤੀ ਹੁਣੇ ਸਟਾਰਟ ਹੋ ਗਈ ਕਾਂਸਟੇਬਲ ਨੇ ਵਧੀਆ ਰੁਝਾਨ ਚੇਂਜ ਕਰਤਾ ਕਿ ਕੁੜੀਆਂ ਵੀ ਅੱਗੇ ਵੱਧ ਕੇ ਆ ਸਕਦੀਆਂ ਮਤਲਬ ਜੇ ਮੁੰਡਿਆਂ ਨੂੰ ਅੱਜ ਕੱਲ ਸਪੋਰਟ ਮਿਲ ਰਹੀ ਹੈ ਤਾਂ ਕੁੜੀਆਂ ਨੂੰ ਪਹਿਲਾਂ ਸਪੋਰਟ ਨਹੀਂ ਸੀ ਹੁਣ ਥੋੜਾ ਥੋੜਾ ਅਪਰੂਵਮੈਂਟ ਹੋ ਚੁੱਕੀ ਆ ਤੇ ਫਿਰ ਸਰ ਮੈਂ ਮਤਲਬ ਮੇਰੀ ਮਿਸ ਜਨ ਨਾਲ ਕਿਸੇ ਨੇ ਗੱਲ ਕੀਤੀ ਕਿ ਤੁਹਾਡੇ ਹਸਬੰਦ ਹਨਾ ਵੀ ਆਰਮੀ ਦੀ ਮੁੰਡਿਆਂ ਨੂੰ ਟ੍ਰੇਨਿੰਗ ਦਿੰਦੇ ਆ ਵੀ ਸਾਡੀਆਂ ਕੁੜੀਆਂ ਵੀ ਮਤਲਬ ਫਾਰਮ ਅਪਲਾਈ ਕਰਕੇ ਆਈਆਂ ਪਿੰਡ ਦੇ ਵਿੱਚ ਉਸੇ ਗਲੀ ਆਪਣੇ ਘਰ ਤੋਂ ਥੋੜਾ ਬੈਕ ਸਾਈਡ ਤੇ ਸੀ ਗਲੀ ਤੇ ਉੱਥੋਂ ਫਿਰ ਮੈਂ ਮਤਲਬ ਜਦੋਂ ਮੇਰੇ ਨਾਲ ਉਹਨਾਂ ਨੇ ਡਿਸਕਸ ਕੀਤੀ ਕਿ ਵੀ ਐਦਾਂ ਦਾ ਕਰਕੇ ਕੁੜੀਆਂ ਨੂੰ ਵੀ ਤੁਸੀਂ ਕਰਾ ਦੇ ਕਰੋ ਮੈਂ ਆਖਿਆ ਵੀ ਕੁੜੀਆਂ ਦਾ ਥੋੜਾ ਜਿਆ ਕੰਫਰਟੇਬਲ ਨਹੀਂ ਹਨ ਵੀ ਮੈਨੂੰ ਵੀ ਐਂ ਜਿ ਲੱਗਦਾ ਵੀ ਕਿਸੇ ਦੀ ਕੁੜੀ ਦੀ ਜ਼ਿੰਮੇਵਾਰੀ ਲੈਣੀ ਬਹੁਤ ਮੁਸ਼ਕਲ ਹੈ ਤੇ ਸਭ ਤੋਂ ਵੱਡਾ ਇਹ ਸਵਾਲ ਇਹ ਚ ਹੈ ਤੇ ਲੇਕਿਨ ਉਹ ਫਿਰ ਮੇਰੇ ਕੋਲ ਘਰੇ ਆ ਗਏ ਕਹਿੰਦੇ ਵੀ ਤੁਸੀਂ ਇੱਕ ਵਾਰੀ ਸਟਾਰਟ ਕਰੋ ਵੀ ਸਾਨੂੰ ਤਾਂ ਲੋੜ ਆ ਵੀ ਅਸੀਂ ਜੇ ਤੁਸੀਂ ਨਾ ਕਰੋਗੇ ਅਸੀਂ ਬਾਹਰ ਦੇ ਬੱਚਿਆਂ ਨੂੰ ਭੇਜ ਵੀ ਨਹੀਂ ਸਕਦੇ ਫਿਰ ਮੈਂ ਸੋਚਿਆ ਵੀ ਯਾਰ ਇਸੇ ਕਾਰਨ ਹੀ ਤਾਂ ਮੈਂ ਇਹ ਕੰਮ ਸਟਾਰਟ ਕੀਤਾ ਹੂੰ ਵੀ ਕੁੜੀਆਂ ਕੀ ਤੇ ਮੁੰਡੇ ਕੀ ਹੈ ਨਾ ਅੱਜ ਕੱਲ ਇਹ ਚੀਜ਼ ਦਾ ਕੋਈ ਫਰਕ ਨਹੀਂ ਹੈ ਨਾ ਬਹੁਤ ਪੜ੍ਹੀ ਲਿਖੀ ਜੂਤ ਹੋ ਚੁੱਕੀ ਆ ਫਿਰ ਮੈਂ ਹੌਲੀ ਹੌਲੀ ਸਾਰਾ ਕੁੜੀਆਂ ਨੂੰ ਵੀ ਸਪੋਰਟ ਕੀਤਾ ਕੁੜੀਆਂ ਆਉਂਦੀਆਂ ਆਉਂਦੀਆਂ ਦੇਖੋ ਤੁਹਾਡੇ ਸਾਹਮਣੇ ਹੈ ਨਾ ਵੈਗਰੂ ਦੀ ਕਿਰਪਾ ਨਾਲ ਮੇਲਾ ਲੱਗਿਆ ਜਦੋਂ ਸੁਖਪਾਲ ਪਿੰਡ ਛੱਡ ਕੇ ਗਿਆ ਸੀ ਜਦੋਂ ਆਰਮੀ ਦੇ ਵਿੱਚ ਭਰਤੀ ਹੋਇਆ ਸੀ ਉਦੋਂ ਪਿੰਡ ਦੇ ਕੀ ਹਾਲਾਤ ਸੀ ਹਾਲਾਤ ਸਰ ਜਿਹੜਾ ਮੈਂ 2001 ਦਾ ਭਰਤੀ ਹਾਂਗਾ ਤੇ ਤਕਰੀਬਨ ਮੈਂ 20 ਸਾਲ ਫੌਜ ਦੇ ਵਿੱਚ ਲਾ ਕੇ ਆਇਆ ਅੱਜ ਤੋਂ 20 ਸਾਲ ਪਿੱਛੇ ਚਲੀ ਗਏ ਤਾਂ ਕਾਫੀ ਵਧੀਆ ਮਾਹੌਲ ਸੀਗਾ ਮੈਂ ਸਮਝਦਾ ਵਟ ਗਈ ਆ ਵੀ ਹੁਣ ਥੋੜਾ ਜਿਹਾ ਮਤਲਬ ਪੜਾਈ ਲਖਾਈ ਦਾ ਬਾਦਰਜਾਨ ਹੋ ਗਿਆ ਉਦੋਂ ਇਹ ਚੀਜ਼ਾਂ ਦਾ ਇੰਨਾ ਹੈ ਨਹੀਂ ਸੀਗਾ ਹੁਣ ਤਾਂ ਤੁਸੀਂ ਇਹ ਦੇਖੋ ਵੀ ਬੱਚੇ ਪੜਨ ਵਾਸਤੇ ਵੀ ਕਾਫੀ ਪੇਪਰ ਕਲੀਅਰ ਕਰਨ ਵਾਸਤੇ ਅਕੈਡਮੀਆ ਜੁਆਇਨ ਕਰਦੇ ਆ ਤੇ ਆਹ ਗਰਾਊਂਡ ਜੁਆਇਨ ਕਰਦੇ ਆ ਉਦੋਂ ਇਹ ਚੀਜ਼ਾਂ ਹੈ ਨਹੀਂ ਸੀ ਉਦੋਂ ਬੰਦਾ ਪਰਸਨਲ ਹੀ ਆਪਣੀ ਹੀ ਮਿਹਨਤ ਕਰਦਾ ਸੀ ਮਤਲਬ ਜਿਹੜੇ ਪੁਰਾਣੇ ਲੋਕ ਸੀਗੇ ਚੰਗੀਆਂ ਖਰਾਕਾਂ ਖਾਂਦੇ ਸੀਗੇ ਉਹਨਾਂ ਦੀ ਸਿੱਖਿਆ ਨਾਲ ਹੀ ਪੁੱਤ ਤੂੰ ਉੱਠਿਆ ਘਾ ਟਾਈਮ ਨਾਲ ਤੇ ਆਪਦਾ ਗਰਾਊਂਡ ਜਾਇਆ ਕਰ ਉਹੀ ਚੀਜ਼ਾਂ ਸੀ ਆਪਦੇ ਫਾਦਰ ਸਾਹਿਬ ਤੋਂ ਆਪਣੇ ਦਾਦਾ ਜੀ ਤੋਂ ਇਹ ਸਿੱਖਿਆ ਲਈ ਆ ਤੇ ਉਹ ਅੱਜ ਵੀ ਵਧੀਆ ਤੰਦਰੁਸਤ ਤੁਰੇ ਫਿਰਦੇ ਹੈਗੇ ਉਹਨੋਂ ਬਸ ਆਈ ਟ੍ਰੇਨਿੰਗ ਕੀਤੀ ਆਪਣੇ ਆਪ ਆਪਣੇ ਹੌਸਲੇ ਨਾਲ ਹੀ ਉਦੋਂ ਮੈਂ ਮਤਲਬ ਪ੍ਰੈਕਟਿਸ ਕਰਦਾ ਰਿਹਾ ਭਾਰਤੀ ਹੋ ਗਏ ਸਰ ਕਿਤੇ ਇਤਨੀ ਵੀ ਚਿੜੀ ਦੀਆਂ ਜਗਾਹਾਂ ਉਸ ਟਾਈਮ ਦੀਆਂ ਜੁੜੀਆਂ ਵੀ ਉਦੋਂ ਵੀ ਇੱਥੇ ਰਾਉਂਡ ਲਾ ਜਾਂਦੇ ਦੇ ਵਿੱਚ ਜਿਹੜਾ ਸਰ ਇਹ ਚਿੜੀ ਆ ਇੱਕ ਕਹਨੇ ਹੁੰਦਾ ਵੀ ਕਾਫੀ ਇੰਟਰਵਿਊਾਂ ਚ ਵੀ ਆਇਆ ਵੀ 500 ਸਾਲ ਪੁਰਾਣਾ ਹਨਾ ਇਤਿਹਾਸ ਆ ਇਹ ਬਹੁਤ ਵੱਡਾ 500 ਕਿਲੇ ਦੀ ਚਿੜੀ ਆ ਇਹ ਕਾਫੀ ਵੱਡਾ ਖੇਤਰਫਲ ਹੈ ਦਾ ਤੇ ਇੱਥੇ ਸਾਡੇ ਕਾਫੀ ਸੰਤ ਮਹਾਤਮਾ ਦਾ ਵਾਸ ਰਿਹਾਗਾ ਬਿਲਕੁਲ ਸਾਡਾ ਬਚਪਨ ਇਹਨਾਂ ਚੀਜ਼ਾਂ ਦੇ ਵਿੱਚ ਹੀ ਨਿਕਲਿਆ ਸੀ ਬਚਪਨ ਤੋਂ ਹੀ ਇਸ ਡੇਰੇ ਨਾਲ ਜੁੜੇ ਹੋਏ ਹਾਂ ਤੇ ਇੱਥੇ ਆਉਣੇ ਆ ਗਏ ਸੀ ਇੱਥੇ ਗੁਰੂ ਗ੍ਰੰਥ ਸਾਹਿਬ ਦਾ 24 ਘੰਟੇ ਪਾਠ ਚੱਲਦਾ ਹੈਗਾ ਤੇ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਇੱਥੇ ਸੁੱਖ ਸ਼ਾਂਤੀ ਵਧੀਆ ਮਿਲਦੀ ਹੈ ਬਾਈ ਮੈਂ ਹੁਣ ਦੇਖਿਆ ਤੁਸੀਂ ਕੱਚੇ ਟਰੈਕ 'ਚ ਢੇਡੇ ਦੇ ਰਹੇ ਸੀਗੇ ਜਿੱਥੇ ਧੂੜ ਵੀ ਉੱਡਦੀ ਐ ਮਿੱਟੀ ਵੀ ਉੱਡਦੀ ਐ ਵੈਸੇ ਤਾਂ ਚਲੋ ਕਿ ਜਿਹੜਾ ਨੇ ਕਹਿੰਦੇ ਵੀ ਆਰਮੀ ਜੁਆਇਨ ਕਰਨੀ ਉਹਨਾਂ ਵੈਸੇ ਧੂੜ ਮਿੱਟੀ ਪਰ ਫਿਰ ਵੀ ਕਦੇ ਦਿਲ ਦੇ ਵਿੱਚ ਇਹ ਨਹੀਂ ਆਇਆ ਯਾਰ ਵੀ ਯਾਰ ਅਸੀਂ ਸਰਕਾਰਾਂ ਤੋਂ ਮੰਗੀ ਤਾਂ ਬਹੁਤ ਕੁਝ ਜਾਂਦੇ ਨਾਲੀਆਂ ਬਣਾ ਦਿਓ ਗਲੀਆਂ ਬਣਾ ਦਿਓ 70 75 ਸਾਲ ਹੋ ਗਏ ਇਹਨਾਂ ਚੋਂ ਨਹੀਂ ਨਿਕਲਦੇ ਕਦੇ ਟਰੈਕ ਨਹੀਂ ਮੰਗਿਆ ਕਿਸੇ ਨੇ ਕਦੇ ਗਰਾਊਂਡ ਨਹੀਂ ਮੰਗਿਆ ਕਿਸੇ ਨੇ ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਸਾਡੇ ਪਿੰਡ ਦੇ ਵਿੱਚ ਇੱਕ ਚੰਗਾ ਸਟੇਡੀਅਮ ਚੰਗਾ ਟਰੈਕ ਚੰਗੀ ਜਗ੍ਹਾ ਬਣੀ ਹੋਵੇ ਜਿੱਥੇ ਸਾਡੇ ਬੱਚੇ ਆ ਕੇ ਵਰਕਆਊਟ ਕਰ ਸਕਣ ਹਾਂਜੀ ਇਹ ਸਰ ਦੋ ਗੱਲਾਂ ਐ ਦੇ ਵਿੱਚ ਮਤਲਬ ਇੱਕ ਤਾਂ ਪੋਲੀਟਿਕਲ ਲੈਵਲ ਦੇ ਸੋਚੀਏ ਜੇ ਆਪਾਂ ਡਿਮਾਂਡਾਂ ਕਰਾਂਗੇ ਯਾਰ ਸਾਨੂੰ ਆ ਚਾਹੀਦਾ ਉਹ ਚਾਹੀਦਾ ਤਾਂ ਆਲਰੇਡੀ ਸਕੂਲਾਂ ਦੇ ਵਿੱਚ ਬਣੇ ਹੋਇਆ ਸਟੇਡੀਅਮ ਨਾਰਮਲ ਵੀ ਬਣੇ ਹੋਇਆ ਹਨਾ ਤੇ ਆਪਾਂ ਸਰਕਾਰਾਂ ਨੂੰ ਇਹ ਚੀਜ਼ ਨਾਲ ਕਾਉਂਸਲ ਵੀ ਨਹੀਂ ਸਕਦੇ ਜਿਹੜੀ ਗਰਾਊਂਡ ਦੀ ਐਕਟੀਵਿਟੀ ਆ ਇਹ ਸਾਡਾ ਮੈਂਡ ਦਾ ਸਟਰਕਚਰ ਆ ਜੇ ਅਸੀਂ ਖੁਦ ਐ ਲੱਗੂਗਾ ਸਾਨੂੰ ਵੀ ਯਾਰ ਆ ਚੀਜ਼ ਕਹਿੰਦੇ ਹੁੰਦੇ ਜਿਨੇ ਬਾਡੀ ਨੂੰ ਹੀਟ ਦੇਣੀ ਆ ਉਹ ਆਪਦੇ ਘਰ ਦੇ ਵਿੱਚ ਨਾ ਜਿਹੜਾ ਵਿਹੜਾ ਛੋਟਾ ਜਿਹਾ ਉਹਦੇ ਵਿੱਚ ਹੀ ਰਾਉਂਡ ਲਾ ਕੇ ਆਪਣੇ ਆਪ ਨੂੰ ਗਰਮ ਕਰ ਲੂਗਾ ਤੇ ਉੱਥੇ ਐਕਸਰਸਾਈਜ਼ ਆ ਕਰਕੇ ਆਪਣੇ ਆਪ ਨੂੰ ਫਿੱਟ ਰੱਖ ਲੂ। ਬਾਕੀ ਜਿਹੜੇ ਕੱਚੇ ਟਰੈਕ ਦੀ ਗੱਲ ਕਰਾਂ ਵੀ ਜਿਹੜਾ ਪੱਕਾ ਟਰੈਕ ਹੁੰਦਾ ਸੜਕਾਂ ਹੁੰਦੀਆਂ ਉਹਨਾਂ ਤੇ ਵਾਗਰ ਬੱਚੇ ਭਜਦੇ ਆ ਤਾਂ ਉਹਨਾਂ ਦੇ ਇੰਜਰੀ ਹੋਣ ਦਾ ਜ਼ਿਆਦਾ ਚਾਂਸਸ ਹੁੰਦੇ ਆ। ਮਤਲਬ ਜਿਹੜੀ ਆਪਣੀ ਲੈਗਜ਼ ਆ ਉਹ ਜ਼ਿਆਦਾ ਐਦਾ ਠੱਪ ਠੱਪ ਵਜਦੀ ਆ, ਪੈਰ ਵਜਦੇ ਆ ਤਾਂ ਉਹ ਜ਼ਿਆਦਾ ਇੰਜਰੀ ਹੋਣ ਦੇ ਚਾਂਸਸ ਆ ਜਿਹੜਾ ਕੱਚਾ ਟਰੈਕ ਆ ਉਹ ਜਿੰਨਾ ਤੁਸੀਂ ਦੌੜੋਗੇ ਉਹ ਤੁਹਾਡੇ ਸਰੀਰ ਨੂੰ ਜ਼ਿਆਦਾ ਐਕਟੀਵੇਸ਼ਨ ਦੋਗਾ ਵਧੀਆ ਮਜ਼ਬੂਤ ਬਣਾਉਂਗਾ ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਬੱਚਿਆਂ ਨੂੰ ਜਿਆਦਾ ਕੱਚੇ ਟਰੈਕ ਤੇ ਭਜਾਈਏ ਕੱਚੇ ਟਰੈਕ ਤੇ ਭਜਾਈਏ ਹਾਂ ਜੀ ਬ੍ਰਦਰ ਸਭ ਤੋਂ ਹੁਣ ਜਿਹੜਾ ਇੰਪੋਰਟ ਜ਼ਰੂਰੀ ਸਵਾਲ ਜੀ ਨੂੰ ਮੈਂ ਕਹਿਦਾ ਜ਼ਰੂਰੀ ਸਵਾਲ ਸਭ ਤੋਂ ਇਹ ਆ ਰਿਹਾ ਵੀ ਅੱਗੇ ਦਾ ਹੁਣ ਵਿਜ਼ਨ ਕੀ ਬਣਾਇਆ ਹੋਇਆ ਸੋਚ ਕੀ ਬਣਾਈ ਵੀ ਹੈ ਕਿਉਂਕਿ ਮੈਂ ਦੇਖਿਆ ਤੁਹਾਡੇ ਕੋਲੇ ਜਿਹੜੇ ਬੱਚੇ ਆ ਉਹ ਅਲੱਗ-ਅਲੱਗ ਸਟੇਟਾਂ ਤੋਂ ਵੀ ਆਉਣ ਲੱਗੇ ਇਕੱਲੇ ਪਿੰਡ ਤੋਂ ਨਹੀਂ ਸਟੇਟਾਂ ਵੀ ਬਾਹਰ ਹੋ ਗਈਆਂ ਪੰਜਾਬ ਤੋਂ ਵੀ ਬਾਹਰ ਹੋ ਗਏ ਭਾਵੇਂ ਉਹ ਹਰਿਆਣਾ ਹੋਵੇ ਭਾਵੇਂ ਉਹ ਹਿਮਾਚਲ ਹੋਵੇ ਭਾਵੇਂ ਪੰਜਾਬ ਹੋਵੇ ਰਾਜਸਥਾਨ ਹੋਵੇ ਅਲੱਗ-ਅਲੱਗ ਸਟੇਟਾਂ ਤੋਂ ਬੱਚੇ ਹੁਣ ਤੁਹਾਡੇ ਕੋਲੇ ਆ ਰਹੇ ਆ ਹੁਣ ਵਿਜ਼ਨ ਕੀ ਸੋਚਿਆ ਸਰਵਾਰ ਵਿਜ਼ਨ ਸਾਰਾ ਜਿਹੜਾ ਸੀ ਮੇਨ ਸਾਡਾ ਜਿਹੜਾ ਲਕਸ਼ਾ ਸਾਡਾ ਟਾਰਗੇਟ ਆ ਉਹ ਇਹ ਆ ਵੀ ਅਸੀਂ ਜਿਹੜਾ ਮੇਨ ਜਿਹੜਾ ਪਰਪਸ ਚੱਲ ਰਿਹਾ ਚਿੱਟੇ ਦਾ ਹਾਂ ਸਾਡੀਆਂ ਨਸਲਾਂ ਨੂੰ ਸਾਡੀਆਂ ਫਸਲਾਂ ਨੂੰ ਜਿਹੜੀ ਇਹ ਤਬਾਹੀ ਹੈ ਖਤਮ ਕਰ ਰਹੀ ਹੈ ਨਾ ਤੇ ਉਸ ਨੂੰ ਖਤਮ ਕਰਨ ਵਾਸਤੇ ਜਿਹੜਾ ਮੇਰਾ ਵਿਜ਼ਨ ਹੈ ਇਹ ਚਲਾਉਣ ਦਾ ਅਸੀਂ ਆਪਣੇ ਪਿੰਡ ਤੋਂ ਸਟਾਰਟ ਕੀਤਾ ਸੀ ਪੰਜਾਬ ਭਰ 'ਚ ਇਹ ਮੁਹਿੰਮ ਚਲਾਵਾਂਗੇ ਮੈਂ ਹੌਲੀ-ਹੌਲੀ ਜਿਹੜੇ ਸਾਡੇ ਲੋਕਲ ਏਰੀਏ ਦੇ ਜਿੰਨੇ ਵੀ ਐਕਸਰਸਮੈਨ ਆ ਉਹਨਾਂ ਨਾਲ ਡਿਸਕਸ਼ਨ ਕਰੂੰਗਾ ਕਿ ਅਸੀਂ ਯਾਰ ਇਕੱਠੇ ਹੋ ਕੇ ਇੱਕ ਜਗ੍ਹਾ ਨਹੀਂ ਮੂਵਮੈਂਟ ਕਰ ਸਕਦੇ ਅਸੀਂ ਆਪੋ ਆਪਣੇ ਪਿੰਡਾਂ ਨੂੰ ਸੁਧਾਰ ਕਰ ਸਕਦੇ ਹਾਂ ਠੀਕ ਹੈ ਕਿਉਂਕਿ ਇੱਕ ਮੈਂ ਇਕੱਲਾ ਸੁਖਪਾਲ ਸਾਰੇ ਹਰ ਜਗ੍ਹਾ ਤੇ ਇਹ ਨਹੀਂ ਜਾ ਸਕਦਾ ਮੇਰੇ ਵਰਗੇ ਹੋਰ ਵੀ ਮੇਰੇ ਤੋਂ ਵੀ ਜ਼ਿਆਦਾ ਫਿਟਨੈਸ ਵਾਲੇ ਆਰਮੀ ਪਰਸਨ ਬੰਦੇ ਆਏ ਹੋਣਗੇ ਉਹ ਆਪਾਂ ਆਪਣੇ ਪਿੰਡਾਂ ਨੂੰ ਇਸ ਮੂਮੈਂਟ ਨਾਲ ਜੋੜਨਾ ਉਹਨਾਂ ਦੇ ਉੱਤੇ ਵਰਕ ਕਰਨਾ ਨਵੀਂ ਯੂਥ ਨੂੰ ਨਵੀਂ ਜਨਰੇਸ਼ਨ ਨੂੰ ਐਕਟੀਵੇਸ਼ਨ ਦੇਣ ਕਿ ਤੁਸੀਂ ਆਪਣੇ ਫਿਜ਼ੀਕਲ ਨੂੰ ਮੇਨਟੇਨ ਰੱਖੋਗੇ ਤਾਂ ਹੀ ਅਸੀਂ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਾਂ ਤੰਦਰੁਸਤ ਰਹਿ ਸਕਦੇ ਹਾਂ ਸੁਖਪਾਲ ਹੁਣ ਲਾਸਟ ਤੇ ਸਵਾਲ ਕਿਉਂਕਿ ਹਰੇਕ ਦੇ ਮਨ ਦੇ ਵਿੱਚ ਰੜਕੜਿਆ ਹੁਣ ਕਹਿੰਦੇ ਜੱਸੀ ਨੇ ਗੱਲਾਂ ਤਾਂ ਬਹੁਤ ਕਰ ਲਈਆਂ ਪਰ ਸਭ ਤੋਂ ਵੱਡਾ ਸਵਾਲ ਇਹ ਆ ਵੀ ਪੈਸੇ ਕਿੰਨੇ ਲੰਦਾ ਸੁਖਪਾਲ ਸਿਕਾਉਣ ਦੇ ਇਹਨਾਂ ਨੂੰ ਟ੍ਰੇਨਡ ਕਰਨ ਦੇ ਪੈਸੇ ਸਾਰਾ ਕਹਿੰਦੇ ਹੁੰਦੇ ਆ ਆਪਦੇ ਮੂੰਹੋਂ ਮਿੱਠਾ ਮਿੱਠਾ ਹਨਾ ਮਾਣਨ ਦੀ ਤਾਂ ਕੋਸ਼ਿਸ਼ ਨਹੀਂ ਕਰੀਦੀ ਤੇ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਵੀ ਮੈਂ ਕੁਝ ਲੈਂਦਾ ਨਹੀਂ ਪਤਾ ਤੁਹਾਨੂੰ ਜਿਹੜੇ ਆ ਡੋਨੇਸ਼ਨ ਖੜੀ ਹੈਗੀ ਹਨਾ ਬੱਚੇ ਖੜੇ ਆ ਇਹਨਾਂ ਤੋਂ ਪਤਾ ਲੱਗੂ ਜਾਂ ਮੇਰੇ ਕਿਸੇ ਵੀ ਪਿੰਡ ਦੇ ਪਤਵੰ ਖਪਾਲ ਪੈਸੇ ਕਿ ਨਹੀਂ ਲੈਂਦਾ ਬਿਲਕੁਲ ਫਰੀ ਆਫ ਕਾਸਟ ਸੇਵਾ ਆਪਾਂ ਹਮੇਸ਼ਾ ਜਦੋਂ ਤੱਕ ਜਾਣਾ ਜਹਾਂ ਆ ਉਦੋਂ ਤੱਕ ਇਹ ਸੇਵਾ ਕਰਦੇ ਰਾਵਾਂਗੇ ਮੈਂ ਬਹੁਤ ਸਾਰੇ ਬੱਚੇ ਤੁਹਾਡੇ ਕੋਲੇ ਬਾਰੀਆਂ ਸਟੇਟਾਂ ਜੋ ਆ ਕੇ ਰਹਿੰਦੇ ਆ ਫਿਰ ਉਹਨਾਂ ਦਾ ਪ੍ਰਬੰਧ ਕੀ ਹੁੰਦਾ ਵੀ ਤਾਂ ਰਹਿਣ ਦਾ ਖਾਣ ਪੀਣ ਦਾ ਉਹਨਾਂ ਦੀ ਕਿਉਂਕਿ ਹਰ ਜੇ ਬੱਚਾ ਤੁਹਾਡੇ ਕੋਲ ਕੋਈ ਰਹਿੰਦਾ ਤਾਂ ਉਹਦੇ ਬਹੁਤ ਸਾਰੇ ਖਰਚੇ ਵੀ ਹੁੰਦੇ ਆ ਹਾਂਜੀ ਇਹ ਤਾਂ ਹੈ ਮੇਰੇ ਕੋਲ ਸਾਰ ਇੱਕ ਜਿੱਥੇ ਰਹਿਣਾ ਮੇਰਾ ਆਪਣਾ ਘਰ ਆਗਾ ਇੱਕ ਮੇਰੇ ਪੁਰਾਣਾ ਘਰ ਸੀਗਾ ਮੇਰਾ ਮਤਲਬ ਜਿੱਥੇ ਮੈਂ ਛੱਡ ਕੇ ਨਵੀਂ ਮਤਲਬ ਜਗਾ ਜੁਆਇਨ ਕੀਤੀ ਆ ਤੇ ਜਿਹੜੇ ਮੁੰਡੇ ਆ ਉੱਥੇ ਰਹਿੰਦੇ ਆ ਰਹਿੰਦੇ ਆ ਜਿਹੜੀਆਂ ਕੁੜੀਆਂ ਉਹਦੇ ਲਈ ਮੈਂ ਰੈਂਟ ਦੇ ਜਗਾ ਲੈ ਕੇ ਉਹ ਜਾਦਾ ਮਤਲਬ ਰੈਂਟ ਨਹੀਂਗਾ 22500 ਆ ਉਹਨਾਂ ਕੁ ਮੈਂ ਐਡਜਸਟ ਕਰ ਲੈਣਾ ਜਿਹੜੀ ਆ ਖਾਣ ਪੀਣ ਦੀ ਗੱਲ ਹੈ ਨਾ ਉਹ ਕਾਫੀ ਲੋਕ ਮੇਰੇ ਸਪੋਰਟ ਵੀ ਕਰ ਰਹੇ ਆ ਤੇ ਤਕਰੀਬਨ ਐ ਨਹੀਂ ਵੀ ਕੋਈ ਮੈਨੂੰ ਫਾਈਨੈਂਸ਼ੀਅਲ ਪੈਸਾ ਦੇ ਜਾਂਦਾ ਵੀ ਯਾਰ ਤੂੰ ਆ ਲੈ ਤੇ ਵੀ ਇਹਨਾਂ ਦਾ ਉਹ ਕਰੀ ਕੋਈ ਜਿੰਨਾ ਕਿ ਇਹਨਾਂ ਦਾ ਰਾਸ਼ਨ ਪਾਣੀ ਦਾ ਆਪਣੇ ਆਪ ਹੋ ਜਾਂਦੀ ਹੈ ਹੈਲਪ ਹੋ ਜਾਂਦੀ ਹੈ ਬਾਕੀ ਜਿਹੜਾ ਇਹਨਾਂ ਦਾ ਡਾਇਟ ਦਾਗਾ ਉਹ ਇਹ ਪਰਸਨਲ ਹੀ ਆਪ ਦੀ ਡਾਇਟ ਕਰਦੇ ਆ ਜਿਵੇਂ ਹੁਣ ਡੇਲੀ ਦਾ ਰੁਟੀਨ ਹੈ ਇਹਨਾਂ ਦਾ ਚਨੇ ਵਗੈਰਾ ਹਨ ਬਾਦਾਮ ਬਦੂ ਉਹ ਇਹਨਾਂ ਦੀ ਪਰਸਨਲ ਡਾਟਾ ਉਹ ਆਪਣੇ ਆਪ ਹੀ ਲੈਂਦੇ ਆ ਤੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਸਾਰਾ ਪ੍ਰੋਸੈਸ ਚਲਾਉਂਦਿਆਂ ਨੂੰ ਦੇਖੋ ਸਰ ਜਿਹੜਾ ਐਕਟੀਵੇਸ਼ਨ ਆ ਹਨਾ ਉਹ ਮੈਂ 2 ਸਾਲ ਹੋ ਗਏ ਮੈਨੂੰ ਪੈਨਸ਼ਨ ਆਏ ਨੂੰ ਤੇ ਪਿਛਲੇ 7-8 ਮਹੀਨਿਆਂ ਤੋਂ ਚੱਲ ਰਿਹਾ ਸੀਗਾ ਪਰ ਜਿਹੜਾ ਪ੍ਰੋਪਰ ਮੈਂ ਇਹ ਚੀਜ਼ ਨੂੰ ਰੁਝਾਨ ਦੇ ਵਿੱਚ ਲਿਆਂਦਾ ਉਹ 6 ਮਹੀਨੇ ਹੋ ਗਏ ਪਿਛਲਾ ਬੈਚ ਨਿਕਲ ਚੁੱਕਾ ਹੈ ਉਹਦੇ ਵਿੱਚ ਆਲਰੇਡੀ ਬਹੁਤ ਸਾਰੇ ਬੱਚੇ ਭਰਤੀ ਹੋ ਚੁੱਕੇ ਇਲੈਕਸ਼ਨ ਦਾ ਟਾਈਮ ਹੈ ਚਿੱਟੇ ਕੁਰਤੇ ਪਜਾਮੇ ਵਾਲੇ ਆਉਣਗੇ ਗੱਡੀ ਤੋਂ ਸ਼ੀਸ਼ਾ ਥੋੜਾ ਜਿਹਾ ਡਾਊਨ ਕਰਕੇ ਗੱਲ ਕਰਦੇ ਹੁੰਦੇ ਆ ਉਹ ਵੀ ਆਗੇ ਕਹਿਣਗੇ ਵੀ ਸੁਖਪਾਲ ਕੀ ਚਾਹੀਦਾ ਬੋਲ ਕਿਸ ਤਰ੍ਹਾਂ ਦਾ ਕੀ ਕਹਿਣਾ ਚਾਹੋਗੇ ਉਹਨਾਂ ਲੀਡਰਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਸੋ ਉਹਨਾਂ ਦੀ ਉਹਨਾਂ ਦੀ ਸੋਚ ਹੁੰਦੀ ਹੈ ਵੀ ਇਸ ਟਾਈਮ ਆਪਾਂ ਲਾਹਾ ਖੱਟੀਏ ਕਿਸੇ ਵੀ ਤਰੀਕੇ ਨਾਲ ਹਾਂਜੀ ਦੇਖੋ ਸਰ ਕਹਿੰਦੇ ਹੁੰਦੇ ਆ ਜਿੱਥੇ ਥੋੜੇ-ਚਾਰ ਬੱਚੇ ਜਿਹਦੇ ਨਾਲ ਜੁੜੇ ਆ ਹਨ ਉਹਨੂੰ ਇਹ ਚੀਜ਼ ਲੋਕ ਸਮਝਦੇ ਆ ਕਿ ਯਾਰ ਜੇ ਇਹਨੂੰ ਆਪਾਂ ਕਲੋਜ਼ ਕਰਾਂਗੇ ਹਾਂ ਤੇ ਥੋੜਾ ਉਹ ਲਾਲਚ ਜੇ ਲਾਲਚ ਹੀ ਕਰਨਾ ਹੁੰਦਾ ਤਾਂ ਇਹਨਾਂ ਤੋਂ ਜਿੰਨੀ ਮਰਜ਼ੀ ਫੀਸ ਮੈਂ ਐਫਰਟ ਕਰ ਸਕਦਾ ਹਨ ਮੈਨੂੰ ਉਹ ਚੀਜ਼ ਦਾ ਹੈ ਨਹੀਂ ਵਾਇਗਰੂ ਨੇ ਆਪਾਂ ਨੂੰ ਚੰਗੀ ਪੈਨਸ਼ਨ ਦਿੱਤੀ ਆ ਵਧੀਆ ਨਾਲ ਮੈਂ ਜੋਬ ਵੀ ਕਰਦਾ ਛੋਟੀ ਜੀ ਆ ਨਾ ਤੇ ਆਲਰੇਡੀ ਤੁਹਾਡੇ ਲਾਲਚ ਦੀ ਗੱਲ ਨਹੀਂ ਕਰਦਾ ਵੀ ਜੇਕਰ ਤੁਹਾਡੇ ਕੋਲੇ ਕੋਈ ਆਉਂਦਾ ਉਹ ਹੀ ਤੁਹਾਨੂੰ ਦੱਸ ਰਿਹਾ ਹਾਂ ਜੀ ਅਗਰ ਕੋਈ ਆਉਂਦਾ ਤਾਂ ਉਹਨਾਂ ਲਈ ਮੈਂ ਇਹ ਨਹੀਂ ਵੀ ਮੈਨੂੰ ਕੋਈ ਫਾਈਨੈਂਸ਼ੀਅਲ ਫਾਇਦਾ ਦਿਓ ਮੈਂ ਇਹੀ ਕਹੂੰਗਾ ਕਿ ਅੱਛਾ ਗਰਾਊਂਡ ਹੈਨਾ ਅੱਛੇ ਈਵੈਂਟ ਸੱਜ ਕੇ ਦਿਓ ਬੱਚਾ ਨੂੰ ਨਸ਼ਿਆਂ ਤੋਂ ਬਚਾਓ ਇਹਨਾਂ ਲਈ ਕੋਈ ਅਜਿਹੀ ਸਿੱਖਿਆ ਦਾ ਪ੍ਰਬੰਧ ਕਰੋ ਜਿਹੜਾ ਸਾਡਾ ਪਿੰਡ ਅਪਰੂਵਮੈਂਟ ਚ ਆਵੇ ਤੇ ਜਿਹੜਾ ਅੱਜ ਉਹਦੇ ਤੇ ਕਹਿੰਦੇ ਹੁੰਦੇ ਆ ਲੱਛਣ ਲੱਗਿਆ ਹੋਇਆ ਬਦਨਾਮ ਹੋਇਆ ਵਾ ਲਾਲ ਲਕੀਰ ਚ ਹਾਂ ਲਕੀਰ ਚ ਉਹ ਲਕੀਰਾਂ ਨੂੰ ਖਤਮ ਕਰੋ ਤਾਂ ਸੁਖਪਾਲ ਸਾਰਿਆਂ ਦੇ ਨਾਲ ਆ ਅਜੇ ਕੋਈ ਗੱਲ ਨਹੀਂ ਸਰ ਆਜੋ ਬੱਚਿਆਂ ਨਾਲ ਵੀ ਗੱਲਬਾਤ ਕਰ ਲੈਨੇ ਕਿਉਂਕਿ ਬਹੁਤ ਸਾਰੀਆਂ ਸਾਡੀਆਂ ਧੀਆਂ ਘੜੀਆਂ ਪਹਿਲਾਂ ਧੀਆਂ ਤੋਂ ਸ਼ੁਰੂਆਤ ਕਰਦੇ ਆ ਬੇਟਾ ਸਭ ਤੋਂ ਪਹਿਲਾਂ ਸਸੀ ਕਾਲ ਜੀ ਕੀ ਨਾਮ ਹੈ ਪੁੱਤ ਅਮਨਦੀਪ ਕੌਰ ਜੀ ਅਮਨ ਮੈਂ ਦੇਖਿਆ ਵਰਕਆਊਟ ਬਹੁਤ ਹਾਰਡ ਹੈ ਕਹਿੰਦੇ ਧੀਆਂ ਦਾ ਤਾਂ ਇਹ ਕੰਮ ਹੁੰਦਾ ਨਹੀਂ ਉਹਨਾਂ ਦਾ ਮਾਪੇ ਐਂ ਕਹਿੰਦੇ ਆ ਚੱਲ ਧੀਏ ਚੱਕ ਚੱਕਲਾ ਵੇਲਣਾ ਤੇ ਵੱਢ ਜਾ ਰਸੋਈ 'ਚ ਤੇ ਲੱਗਦਾ ਵੀ ਇੱਥੇ ਵਾਲਾ ਔਖਾ ਕੰਮ ਲੱਗਦਾ ਕਿ ਉਹ ਔਖਾ ਲੱਗਦਾ ਹੈ ਨਹੀਂ ਕੰਮ ਕੋਈ ਔਖਾ ਨਹੀਂ ਹੁੰਦਾ ਜੀ ਬਸ ਮਿਹਨਤ ਕਰਨੀ ਪੈਂਦੀ ਆ ਹਮ ਕੰਮ ਕੋਈ ਔਖਾ ਨਹੀਂ ਹੁੰਦਾ ਕਿਉਂਕਿ ਤੁਕੇ ਸੁਖਪਾਲ ਜੀ ਨੇ ਕਿਹਾ ਕਹਿੰਦੇ ਵੀ ਪਿੰਡ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਪਿੰਡ ਦੇ ਹਾਲਾਤ ਇੰਨੇ ਇੱਕ ਮਾੜੇ ਇੰਨਾ ਕੁ ਨਾ ਮਾੜਾ ਜਦੋਂ ਇਸ ਪਿੰਡ ਦੇ ਵਿੱਚ ਸੋਚਿਆ ਵੀ ਮੈਂ ਟ੍ਰੇਨਿੰਗ ਕਰਨੀ ਹੈ ਜਾਂ ਉਦੋਂ ਇਹ ਸੋਚ ਆਈ ਦਿਮਾਗ ਦੇ ਵਿੱਚ ਵੀ ਚਾਰੇ ਪਾਸੇ ਤਾਂ ਪਿੰਡ ਦੀ ਬਦਨਾਮੀ ਹੋ ਰਹੀ ਹੈ ਤੇ ਅਸੀਂ ਉਸ ਪਿੰਡ 'ਚ ਹੀ ਟ੍ਰੇਨਿੰਗ ਕਰਨੀ ਹੈ ਨਹੀਂ ਜੀ ਮਤਲਬ ਜੋ ਵੀ ਸਿਸਟਮ ਹੁੰਦਾ ਆਪਦੇ ਅਕੋਰਡਿੰਗ ਚੱਲਦਾ ਹੁੰਦਾ ਹਮ ਵੀ ਉਹ ਕੋਈ ਬਦਨਾਮਾ ਉਹਦੇ ਉਹਨਾਂ ਤੋਂ ਆਪਾਂ ਕੋਈ ਲੈਣਾ ਦੇਣਾ ਨਹੀਂ ਆਪਾਂ ਆਪਣੀ ਜਗਾ ਸਹੀ ਆਪਾਂ ਜੋ ਕਰ ਰਹੇ ਆਂ ਆਪਾਂ ਨੂੰ ਉਹ ਕਰਨਾ ਚਾਹੀਦਾ ਕਿ ਕਿਦਾ ਫਿਊਚਰ ਕੀ ਹੈ ਸੋਚ ਕੀ ਬਣਾਈ ਹੈਗੇ ਮੇਰੇ ਇੱਕੋ ਇੱਕ ਸੁਪਨਾ ਹੈ ਜੀ ਪੰਜਾਬ ਪੁਲਿਸ 'ਚ ਵਰਤੀ ਹੁੰਦਾ ਅੱਛਾ ਪੰਜਾਬ ਪੁਲਿਸ 'ਚ ਵਰਤੀ ਹੋਣਾ ਕਹਿੰਦੇ ਪੰਜਾਬ ਪੁਲਿਸ ਵਾਲੇ ਦਾ ਮਾੜੀ ਬਹੁਤ ਹੁੰਦੇ ਆ ਉਹਨਾਂ ਦੇ ਨਾਲ ਲੱਗਦਾ ਨਹੀਂ 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 ਪੰਜਾਬ ਪੁਲਿਸ ਵਾਲੇ ਮਾੜੀ ਨਹੀਂ ਹੁੰਦੇ ਜੀ ਬਸ ਦੇਖਣ ਦਾ ਨਜ਼ਰੀਆ ਹੁੰਦਾ ਜੀ ਆਪਣਾ ਬਿਲਕੁਲ ਸੇਵਾ ਕਰਨੀ ਹੈ ਬਿਲਕੁਲ ਪੰਜਾਬ ਪੁਲਿਸ ਵਿੱਚ ਭਰਤੀ ਹੋ ਕੇ ਪੰਜਾਬ ਦੀ ਸੇਵਾ ਕਰਨੀ ਹੈ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਜੇ ਪੁਲਿਸ ਦੇ ਵਿੱਚ ਅਫਸਰ ਬਣ ਗਿਆ ਤਾਂ ਯਾਪਸ ਜੇ ਨਸ਼ੇ ਵਗੈਰਾ ਤੇ ਜੇ ਹੋ ਸਕੇ ਤਾਂ ਹਾਂ ਰੋਕ ਲਾ ਦੇਗੇ ਅੱਛਾ ਕੋਸ਼ਿਸ਼ ਕਰੋਗੇ ਕੋਸ਼ਿਸ਼ ਕਰਾਂਗੇ ਜੀ ਬਿਲਕੁਲ ਤੁਸੀਂ ਬੱਚਿਆਂ ਨੇ ਕਿਉਂਕਿ ਸੁਪਨੇ ਛੋਟੇ ਛੋਟੇ ਹੁੰਦੇ ਆ ਪਰ ਸੁਪਨਿਆਂ ਦੇ ਪਿੱਛੇ ਰਾਜ ਬਹੁਤ ਵੱਡੇ ਹੁੰਦੇ ਆ ਸਾਡੀ ਇੱਕ ਹੋਰ ਟੀਮ ਮੌਜੂਦ ਆ ਬੇਟਾ ਕੀ ਨਾਮ ਹੈ ਸੁਖਪ੍ਰੀਤ ਕੋ ਸੁਖਪ੍ਰੀਤ ਵਰਕਆਊਟ ਦੀ ਮੈਂ ਗੱਲ ਕਰਾਂ ਤਾਂ ਸਵੇਰੇ ਉੱਠ ਕੇ ਸਿਦਿਆਂ ਇੱਥੇ ਗਰਾਊਂਡ ਦੇ ਵਿੱਚ ਆਉਣਾ ਤੇ ਉਸ ਤੋਂ ਬਾਅਦ ਉਹੋ ਜਿਹੀ ਐਕਸਰਸਾਈਜ਼ ਕਰਨੀ ਹੈ ਵੀ ਜਿਹੜਾ ਮੰਦਾ ਦੇਖ ਕੇ ਹੈਰਾਨ ਹੀ ਹੋ ਜਾਂਦਾ ਹੈ ਕੰਮ ਸੌਖਾ ਲੱਗਦਾ ਕਿ ਔਖਾ ਸੌਖਾ ਲੱਗਦਾ ਸਰ ਸੁਪਨਾ ਪੂਰਾ ਕਰਨਾ ਆਪਣਾ ਕੀ ਬਣਨਾ ਫਿਰ ਪੰਜਾਬ ਪੁਲਿਸ ਸਪਰਤੀ ਹੋਣਾ ਸਰ ਤੇ ਮੈਨੂੰ ਲੱਗਦਾ ਸਹੀ ਨਾ ਹੋਵੇ ਕਿ ਚਿੱਟਿਆ ਵਾਲਾ ਦਾ ਪਿੰਡ ਪੁਲਿਸ ਵਾਲੇ ਦਾ ਵਜਨ ਲਾ ਦਿਓ ਹੋ ਸਕਦਾ ਸਰ ਹੈ ਹੋ ਸਕਦਾ ਸਰ ਅੱਛਾ ਤੇ ਇਹਦਾ ਮਤਲਬ ਇਹ ਇਹ ਸੋਚ ਕਿੱਥੋਂ ਬਣਾਈਏ ਦਿਲ ਦੇ ਵਿੱਚ ਆਇਆ ਕਿਵੇਂ ਸਰ ਮੇਰਾ ਸੁਪਨਾ ਤੋਂ ਮੈਂ ਕਿ ਸੁਪਨਾ ਸੀਗਾ ਪੇਰੈਂਟਸ ਨੂੰ ਸੁੱਖ ਦੇਣਾ ਅੱਛਾ ਉਹਨਾਂ ਸੁਪਨਾ ਪੂਰਾ ਕਰਨਾ ਕੈਂਬ੍ਰਿਜ ਕੋਣ ਕੋਣ ਸਿਸਟਰ ਮਦਰਾ ਤੇ ਫਾਦਰਾ ਤੇ ਬ੍ਰਦਰ ਅੱਛਾ ਫਾਦਰ ਸਭ ਕੀ ਕਰਦੇ ਉਹ ਗੜਾਈ ਦਾ ਕੰਮ ਕਰਦੇ ਅੱਛਾ ਤੇ ਜਦੋਂ ਜਦੋਂ ਇੱਥੇ ਟ੍ਰੇਨਿੰਗ ਦੇ ਲਈ ਸੋਚਿਆ ਤਾਂ ਉਦੋਂ ਉਦੋਂ ਦੇਖਿਆ ਕੀ ਸੀਗਾ ਇੱਥੇ ਆ ਕੇ ਸਭ ਤੋਂ ਪਹਿਲਾਂ ਮੌਲ ਦੇਖਿਆ ਜਾਂ ਕੀ ਦੇਖਿਆ ਸਰ ਮੈਂ ਆਪਣਾ ਸੁਪਨਾ ਪੂਰਾ ਕਰਨਾ ਸੀ ਮੈਂ ਕੁਝ ਨਹੀਂ ਦੇਖਿਆ ਸਿਰਫ ਆਪਣੀ ਤਿਆਰੀ ਕਰਨੀ ਸੀ ਅੱਛਾ ਸਿਰਫ ਤਿਆਰੀ ਕਰਨੀ ਹਾਂਜੀ ਇਹ ਫਿਰ ਹੁਣ ਤੁਸੀਂ ਕਿਹੜੇ ਏਰੀਆ ਤੋਂ ਬੀੜ ਬਹਿ ਮੰਤੋਂ ਬੀੜ ਬਹਿ ਮੰਨ ਬਟੰਡਾ ਤੋਂ ਤੇ ਜਦੋਂ ਇੱਥੇ ਟ੍ਰੇਨਿੰਗ ਹੁਣ ਰਹਿ ਰਹੇ ਹਾਂ ਇੱਥੇ ਟ੍ਰੇਨਿੰਗ ਕਰ ਰਹੇ ਹਾਂ ਤਾਂ ਸਰ ਕਿੰਨੇ ਕ ਪੈਸੇ ਲੈ ਲੈਂਦੇ ਫੇ ਟ੍ਰੇਨਿੰਗ ਦੇ ਕੁਛ ਨਹੀਂ ਲੈਂਦੇ ਸਰ ਫ੍ਰੀ ਸਰ ਕੁਛ ਤੇ ਇਹਨਾਂ ਦਾ ਕਿਵੇਂ ਹੈ ਪਰਿਵਾਰ ਦਾ ਕਿਸ ਤਰ੍ਹਾਂ ਲੱਗਦਾ ਕਿਉਂਕਿ ਸਹਿਚਾਰ ਕਿਉਂਕਿ ਅਕਸਰ ਇੱਕ ਸਵਾਲੀਆ ਚਿੰਨ ਬਣਿਆ ਹੁੰਦਾ ਕਿਉਂਕਿ ਬਹੁਤ ਸਾਰੇ ਤੁਹਾਡੇ ਵਰਗੇ ਬੱਚੇ ਜਿਹੜੇ ਘਰਾਂ ਦੇ ਵਿੱਚ ਬੈਠੇ ਸੋਚ ਰਹੇ ਆ ਵੀ ਯਾਰ ਅਸੀਂ ਬਣਨਾ ਤਾਂ ਹੈ ਕੁਝ ਪਰ ਬਣੀਏ ਕਿਵੇਂ ਕਿਸ ਤਰ੍ਹਾਂ ਦਾ ਮੌਲ ਇੱਥੋਂ ਦਾ ਸਰ ਅੱਛਾ ਮੌਲ ਬਹੁਤ ਵਧੀਆ ਹੈ ਗਰਾਊਂਡ ਦਾ ਤਾਂ ਹਮ ਸਰ ਵੀ ਬਹੁਤ ਵਧੀਆ ਹੈ ਅੱਛਾ ਤੇ ਫਿਰ ਰੋਟੀ ਬਣੀ ਟਾਈਮ ਸਰ ਮਿਲ ਜਾਂਦਾ ਪਰ ਸਭ ਤੋਂ ਵੱਡੀ ਗੱਲ ਤਾਂ ਤਾਂ ਸਵਾਲ ਪੁੱਛਦਾ ਵੀ ਉਹ ਸਭ ਤੋਂ ਔਖਾ ਹੁੰਦਾ ਕੰਮ ਹਾਂਜੀ ਮਿਲ ਜਾਂਦਾ ਜੀ ਕਿਉਂਕਿ ਬੱਚੇ ਕਹਿੰਦੇ ਸੁਪਨੇ ਲੈ ਕੇ ਜੀਂਦੇ ਹੁੰਦੇ ਆ ਸੁਪਨੇ ਕੋਈ ਕਹਿੰਦਾ ਮੈਂ ਡਾਕਟਰ ਬਣਨਾ ਪਹਿਲਾਂ ਨਾ ਵੈਸੇ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਨੂੰ ਇੱਕ ਸਵਾਲ ਜ਼ਰੂਰ ਪੁੱਛਿਆ ਜਾਂਦਾ ਸੀ ਵੱਡੇ ਹੋ ਕੇ ਕੀ ਬਣਨਾ ਹੈ ਤੇ ਵੱਡੇ ਹੋ ਕੇ ਅਸੀਂ ਬਹੁਤ ਕੁਝ ਕਹਿ ਦਿੰਦੇ ਕੋਈ ਕਹਿੰਦਾ ਡਾਕਟਰ ਬਣਨਾ ਕੋਈ ਪਾਇਲਟ ਬਣਨਾ ਪਰ ਬਣ ਪਤਾ ਨਹੀਂ ਕੀ ਗਏ ਕਿਉਂਕਿ ਅਕਸਰ ਇੱਕ ਸਵਾਲ ਦਿਲ ਦੇ ਵਿੱਚ ਇਹ ਜਨਲਾ ਹੀ ਰਹਿੰਦਾ ਤੁਸੀਂ ਦੇਖ ਸਕਦੇ ਛੋਟੀ ਜੀ ਬੱਚੀ ਮੌਜੂਦ ਆ ਪੁੱਤ ਕੀ ਨਾਮ ਹੈ ਤੇਰਾ ਦਲਵੀਰ ਕੋ ਦਲਵੀਰ ਕੋ ਔਰ ਕਿੱਥੋਂ ਆਨੇ ਪੁੱਤ ਗਵਿੰਦਪੁਰ ਗਵਿੰਦਪੁਰੇ ਤੋਂ ਤੇ ਕੀ ਬਣਨਾ ਫਿਰ ਵੱਡੇ ਹੋ ਕੇ ਹੂੰ ਫੌਜੀ ਫੌਜੀ ਬਣਨਾ ਹੈ ਅੱਛਾ ਇਹ ਤਾਂ ਫਿਰ ਸੁਪਨਾ ਹੀ ਬਹੁਤ ਵੱਡਾ ਲੈ ਲਿਆ ਤਾਂ ਫੌਜੀ ਤੋਂ ਤੇ ਇਹ ਕਿੰਨਾ ਕੋੱਖਾ ਲੱਗਦਾ ਫਿਰ ਟ੍ਰੇਨਿੰਗ ਕਰਨੀ ਸੌਖੀ ਲੱਗਦੀ ਹੈ ਕਿ ਔਖੀ ਲੱਗਦੀ ਹੈ ਸੌਖੀ ਪਰ ਕੰਮ ਹੀ ਬਹੁਤ ਔਖਾ ਹੁੰਦਾ ਪੁੱਤ ਫੌਜੀਆਂ ਦਾ ਤਾਂ ਉਹ ਬਰਫ਼ 'ਚ ਵੀ ਰਹਿਣਾ ਪੈਣਾ ਹੈ ਹੋਰ ਵੀ ਜਾਣਾ ਪੈਣਾ ਹੈ ਤੇ ਫਿਰ ਕਰ ਲਿਆ ਕਰਨਾ ਹੈ ਹੌਸਲਾ ਪੂਰਾ ਹੈ ਹਾਂਜੀ ਹੌਸਲਾ ਧੀਆਂ ਦਾ ਕਹਿੰਦੇ ਪੂਰਾ ਕੋਈ ਕਹਿੰਦੇ ਆਰਮੀ ਚ ਭਰਤੀ ਹੋਵਾਂਗੇ ਤਾਂ ਕੋਈ ਫੌਜੀ ਬਣਾਂਗੇ ਕਿਉਂਕਿ ਦੇਖ ਸਕਦੇ ਹੋ ਛੋਟੀਆਂ-ਛੋਟੀਆਂ ਸਾਡੀਆਂ ਬੱਚੀਆਂ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਡਰੈੱਸ ਦੇਖੋ ਸੀ ਡਰੈੱਸ ਕੋਡ ਬਲੈਕ ਰੱਖਿਆ ਇਹਨਾਂ ਨੇ ਕਹਿੰਦੇ ਵੈਸੇ ਤਾਂ ਕਮਾਂਡੋ ਵਾਲਿਆਂ ਦਾ ਹੁੰਦਾ ਹੀ ਬਲੈਕ ਹੈ ਤੇ ਇਧਰ ਸਾਡੇ ਕਮਾਂਡੋ ਵਾਲੇ ਬਾਈ ਜੀ ਵੀ ਮੌਜੂਦ ਹੈ ਕਿਸ ਤਰ੍ਹਾਂ ਲੱਗਦਾ ਬਾਈ ਮੈਂ ਤਾਂ ਪਹਿਲੇ ਦੇਖ ਕੇ ਆ ਲੱਗਿਆ ਸੀ ਮੈਂ ਕਿਤੇ ਕੋਈ ਕਮਾਂਡੋ ਵਾਲਾ ਹੀ ਵਰਕਆਊਟ ਕਰੀ ਜਾਂਦਾ ਪਰ ਹੈ ਪਿੰਡ ਦਾ ਨੌਜਵਾਨ ਸੀ ਸੱਚੀ ਆ ਸਰ ਸੱਚੀ ਗੱਲ ਹੈ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਗਰਾਊਂਡ 'ਚ ਅਬੋ ਜੀ ਸਾਹਿਬ ਸਾਡੀ ਵਧੀਆ ਟ੍ਰੇਨਿੰਗ ਕਰਾ ਰਹੇ ਆ। ਹਮਮ ਸੁਬਾ ਸ਼ਾਮ ਨੂੰ ਵਧੀਆ ਸਾਨੂੰ ਗਰਾਊਂਡ 'ਚ ਲੈ ਕੇ ਆਉਂਦੇ ਆ ਜੀ। ਸਾਡੀ ਵਧੀਆ ਤਿਆਰੀ ਕਰਾ ਰਹੇ ਆ। ਸਾਨੂੰ ਨਸੇ ਤੋਂ ਬਚਾ ਰਹੇ ਆ ਠੀਕ ਆ। ਸਾਰੇ ਪਿੰਡ 'ਚ ਮਤਲਬ ਯਾ ਦੋਸਤਾਂ ਨੂੰ ਸਰ ਕਹਿੰਦੇ ਵੀ ਕਾਹੋ ਵੀ ਆਓ ਗਰਾਊਂਡ 'ਚ ਮਿਹਨਤ ਕਰੋ ਨਸਿਆਂ ਤੋਂ ਦੂਰ ਰਹੋ ਠੀਕ ਆ ਜੀ। ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਸਾਡਾ ਡੇਰੇ ਵਾਲਾ ਗਰਾਉਂਡ ਬਹੁਤ ਕਰਮ ਵਾਲਾ ਹੈਗਾ ਇੱਥੇ ਜਿਹੜਾ ਵੀ ਮਿਹਨਤ ਲਾਉਂਦਾ ਕੋਈ ਨਾ ਕੋ ਬਣ ਕੀ ਆਉਂਦਾ ਈ ਮੈਂ ਵੀ ਦੋ ਵਾਰੀ ਆਰਮੀ ਭਰਤੀ ਦੇਖ ਚੁੱਕਾ ਰਹਿ ਗਿਆ ਦੋ ਵਾਰੀ ਹੁਣ ਤੀਜੀ ਵਾਰ ਫੇਰ ਸਰ ਦੇ ਨਾਲ ਤਿਆਰੀ ਲਾਉਣ ਆਉਣਾ ਜੀ ਸਾਰੀਆਂ ਕੁੜੀਆਂ ਸਾਰੇ ਮੁੰਡੇ ਇਕੱਠੇ ਤਿਆਰੀ ਲਾਉਂਦੇ ਆ ਬਹੁਤ ਵਧੀਆ ਤਰੀਕੇ ਨਾਲ ਸਾਡੀ ਤਿਆਰੀ ਕਰਵਾ ਰਹੇ ਆ ਸੁਖਪਾਲ ਸਿੰਘ ਫੌਜੀ ਸਰ ਸਾਨੂੰ ਬਹੁਤ ਖੁਸ਼ੀ ਆ ਜੀ ਸਾਨੂੰ ਵੀ ਆਪ ਦਾ ਸੁਪਨਾ ਪੂਰਾ ਕਰ ਸਾਡਾ ਪਿੰਡ ਗਵਿੰਦਪੁਰਾਈ ਆ ਜੀ ਹਾਂ ਜੀ ਗਵਿੰਦਪੁਰੇ ਦੇ ਨਾਲ ਮੈਂ ਤੁਹਾਨੂੰ ਤਾਂ ਸਵਾਲ ਪੁੱਛਦਾ ਵੀ ਗਵਿੰਦਪੁਰੇ ਨੂੰ ਤਾਂ ਲਾਲ ਕੱਲ੍ਹ ਜਾ ਬਣਾ ਕੇ ਲਾਣਦੇ ਵੀ ਗਵਿੰਦਪੁਰਾ ਚੱਟਾ ਨਹੀਂ ਚਿੱਟਾ ਚਿੱਟਾ ਹੈ ਵੀ ਆਪਾਂ ਐਵੇਂ ਕਹਿੰਦੇ ਚਿੱਟਾ ਹੈਗਾ ਤੇ ਹੈ ਵੀ ਨਹੀਂ ਬਾਕੀ ਅਸੀਂ ਤਾਂ ਮਤਲਬ ਮਿਹਨਤ ਲਾਉਣੀ ਆ ਠੀਕ ਹੈ ਜੀ ਜਿਹੜਾ ਮਿਹਨਤ ਕਰੂਗਾ ਕੰਮ ਕਰੂ ਉਹਨੂੰ ਚਿੱਟੇ ਦੀ ਲੋੜ ਨਹੀਂ ਠੀਕ ਹੈ ਹਾਂਜੀ ਜਿਹੜਾ ਮਿਹਨਤ ਕਰੂਗਾ ਉਹਨੂੰ ਚਿੱਟਾ ਲਾਉਣ ਦੀ ਲੋੜ ਨਹੀਂ ਜਿਹੜਾ ਭੁੱਖਾ ਮਰਦਾ ਠੀਕ ਆ ਚੋਰੀਆਂ ਕਰਦਾ ਉਹੀ ਨਸ਼ਾ ਕਰਦਾ ਜਿਹੜਾ ਮਿਹਨਤ ਕਰੂ ਗਰਾਉਂਡ ਰਾਜ ਨੂੰ ਪਿਆਰ ਹੋ ਗਿਆ ਉਹ ਕਦੇ ਵੀ ਨਸ਼ਾ ਨਹੀਂ ਕਰੂਗਾ ਜੀ ਠੀਕ ਹੈ ਜੀ ਸਾਨੂੰ ਸਰ ਸਾਡੇ ਸੁਖਪਾਲ ਸਿੰਘ ਜੀ ਵਧੀਆ ਤਿਆਰੀ ਕਰਾਉਂਦੇ ਆ ਸਾਨੂੰ ਖੁਸ਼ੀ ਹੋਈ ਸਾਨੂੰ 6 ਮਹੀਨੇ ਹੋ ਗਏ ਜੀ ਸਾਰੇ ਨਾਲ ਆਉਂਦਿਆਂ ਨੂੰ ਕੁੜੀਆਂ ਮੁੰਡੇ ਸਾਰੇ ਇਕੱਠੇ ਮਿਲ ਤਲ ਹੁੰਦੇ ਆ ਬੜੀਆ ਤਿਆਰੀ ਕਰਦੇ ਆਂ ਤੇ ਸਰ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਆਪ ਦਾ ਸੁਪਨਾ ਪੂਰਾ ਕਰਨ ਨੂੰ ਸਰ 5:30 ਵਜੇ ਸ਼ਾਮ ਸ਼ਾਮ ਨੂੰ ਤੇ ਸੁਬਾ ਹੁੰਦੇ ਆ ਜੀ ਸਾਨੂੰ ਬਹੁਤ ਬਹੁਤ ਖੁਸ਼ੀ ਹੁੰਦੀ ਆ ਜੀ ਸਾਡੀ ਮਿਹਨਤ ਹਾਂਜੀ ਫਿਰ ਫੌਜੀ ਸਾਹਿਬ ਕੀ ਹਾਲ ਚਾਲ ਨੇ ਠੀਕ ਠਾਕ ਹੋ ਇਹ 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 ਛੋਟੇ ਫੌਜੀ ਸਾਹਿਬ ਆ ਜੀ ਸਾਡੇ ਇਹ ਇਹ ਸਖਪਾਲ ਸਿੰਘ ਜੀ ਦੇ ਬੇਟਾ ਜੀ ਹੈ ਕਿਉਂਕਿ ਇਹਨਾਂ ਨੂੰ ਫੌਜੀ ਸਾਹਿਬ ਤੇ ਪਿੰਡ ਦੇ ਪਿੰਡ ਦੇ ਲੋਕ ਕੀ ਕਹਿੰਦੇ ਫਿਰ ਫੌਜੀ ਸਾਹਿਬ ਕਹਿੰਦੇ ਕੀ ਕਹਿੰਦੇ ਨਹੀਂ ਜੀ ਹੂੰ ਕੀ ਕਹਿੰਦੇ ਮੈਨੂੰ ਫੌਜੀ ਕਹਿੰਦੇ ਆ ਪਰ ਮੈਨੂੰ ਇਦਾਂ ਹੁੰਦਾ ਵੀ ਮੈਨੂੰ ਕੁਝ ਆਪ ਦੇ ਨਾਮ ਤੋਂ अच्छा नाम तो শুনে ਫੌਜੀ ਮਾੜਾ ਲੱਗਦਾ ਯਾਰ ਹੈ ਫੌਜੀ ਪੌਜੀ ਸਾਉ ਤਾਂ ਮਾੜਾ ਤਾਂ ਨਹੀਂਗਾ ਨਹੀਂ ਮੈਨੂੰ ਨਾਮ ਤਾਂ ਚੰਗਾ ਲੱਗਦਾ ਨਾਮ ਤਾਂ ਚੰਗਾ ਲੱਗਦਾ ਤੇ ਜਦੋਂ ਪਿੰਡ ਦੇ ਵਿੱਚ ਜਾਂਦੇ ਹਾਂ ਦੋਸਤਾਂ ਨੂੰ ਮਿਲਦੇ ਹਾਂ ਤੇ ਦੋਸਤ ਯਾਰ ਦੋਸਤ ਕਹਿੰਦੇ ਆ ਵੀ ਤੇਰੇ ਡੈਡੀ ਯਾਰ ਸਾਨੂੰ ਤਸਵੀਰੀ ਟ੍ਰੇਨਿੰਗ ਲਵਾਉਂਦੇ ਆ ਸਾਨੂੰ ਵੀ ਨਾਲ ਲੈ ਜਾਕਰ ਸਾਸੀ ਵੀ ਟ੍ਰੇਨਿੰਗ ਲਾਉਣੀ ਹੈ ਕਹਿੰਦੇ ਇਹ ਗੱਲ ਹਾਂਜੀ ਜੀ اچھا ਜ਼ਰੂਰ ਕਹਿੰਦੇ ਆ ਤੇ ਫਿਰ ਨਾਮ ਲਿਸਟ ਕਿੰਨੀ ਕਿੰਨੀ ਲੰਮੀ ਬਣਾ ਲੈਣਾ ਨਾਲ ਲਿਖ ਲੈਣਾ ਵੀ ਹਾਂ ਤੂੰ ਆਉਣਾ ਭਾਈ 8:00 ਵਜੇ 8 ਮਿੰਟ ਤੇ ਆਉਣਾ ਡੈਡੀ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਕਿ ਆਪ ਹੀ ਨਹੀਂ ਜੀ ਮੈਂ ਹੀ ਆਪੇ ਕਹਿ ਦੇਣਾਗਾ ਹਾਂ ਕੀ ਕਹਿ ਦੇਣਾ ਬੀ 8 ਵਜੇ ਆਉਣਾਗਾ ਹਾਂ ਬੀ 5:30 5 ਅੱਛਾ ਇਦਾਂ ਅੱਛਾ ਮੈਂ ਬੈਬੀ ਤੋਂ ਪੁੱਛਦਾਗਾ ਅੱਛਾ ਤੇ ਉਹ ਕਹਿੰਦੇ ਹਲੇ ਆ ਪੁੱਤ ਅੱਛਾ ਇਹ ਇਹ ਪੂਰਾ ਸਿਸਟਮ ਤੇਰੇ ਕੋਲੇ ਲੱਗਦਾ ਮੈਨੂੰ ਲੱਗਦਾ ਜਿਹੜਾ ਹਾਜ਼ਰੀ ਰਜਿਸਟਰ ਤੇਰੇ ਕੋਲ ਤਾਂ ਨਹੀਂ ਕਿਤੇ ਨਵਸਾਰਿਆਂ ਦਾ ਨਹੀਂ ਅੱਛਾ ਤੁਸੀਂ ਦੇਖ ਸਕਦੇ ਹੋ ਫੌਜੀ ਸਾਹਿਬ ਦਾ ਬੇਟਾ ਹੈ ਇਹ ਕਹਿੰਦਾ ਵੀ ਮੇਰੇ ਕੋਲੇ ਆਉਂਦੇ ਆ ਪੁੱਛਦੇ ਆ ਕਿਉਂਕਿ ਪਾਪਾ ਇਹਦੇ ਡਿਊਟੀ ਕਰਦੇ ਆ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਕਹਿੰਦੇ ਨੇ ਨਾ ਛੋਟੇ-ਛੋਟੇ ਬੱਚਿਆਂ ਨੂੰ ਤੁਸੀਂ ਉਹੋ ਜਿਹੇ ਹਾਲਾਤਾਂ ਦੇ ਵਿੱਚ ਲੈ ਕੇ ਜਾਓਗੇ ਉਹੋ ਜੀਆਂ ਚੀਜ਼ਾਂ ਸਿਖਾਓਗੇ ਤਾਂ ਅਕਸਰ ਹੀ ਮਿਹਨਤ ਬਹੁਤ ਹੁੰਦੀ ਆ ਬਾਈ ਜੀ ਮੌਜੂਦਾ ਬਾਈ ਜੀ ਸਭ ਤੋਂ ਪਹਿਲਾਂ ਸਾਸਿਕਾ ਜੀ ਸਾਸਿਕਾ ਕਿਹੜੇ ਰਜੋ ਬਾਈ ਮੈਂ ਹਰਿਆਣੇ ਚੋਂ ਹਰਿਆਣੇ ਚੋਂ ਕਹਿੰਦੇ ਹਰਿਆਣੇ ਵਾਲੇ ਹੈ ਸਿਰਸਾ ਏਰੀਆ ਸਿਰਸਾ ਏਰੀਆ ਕਹਿੰਦੇ ਹਰਿਆਣੇ ਵਾਲੇ ਤਾਂ ਯਾਰ ਪਲੇਅਰ ਹੀ ਬੜੇ ਤਗੜੇ ਹੁੰਦੇ ਆ ਕਹਿੰਦੇ ਹਰਿਆਣਿਆਂ ਨੇ ਤਾਂ ਕਹਿੰਦੇ ਜਿੰਨੇ ਤਗਮੇ ਸੀ ਉਹਨੇ ਪੂਰਾ ਭਾਰਤ ਲੈ ਕੇ ਆਉਂਦਾ ਉਹਨਾਂ ਕਹਿੰਦਾ ਹਰਿਆਣਾ ਹੀ ਲਿਆਉਂਦਾ ਹਾਂਜੀ ਲੈ ਕੇ ਆਉਂਦੇ ਆ ਜੀ ਇਹ ਖਾਸੀਅਤ ਹੈ ਨਾ ਹਰਿਆਣੇ ਦੀ ਇਹ ਚੱਕਰ ਕੀ ਹੈ ਹਰਿਆਣੇ ਦੇ ਪਿੱਛੇ ਬੈਕਗ੍ਰਾਉਂਡ ਥੋੜਾ ਜਿਹਾ ਦੱਸ ਯਾਰ ਕਿਉਂਕਿ ਸਾਨੂੰ ਨਹੀਂ ਪਤਾ ਹਰਿਆਣੇ ਵਾਲੇ ਦੀ ਕੀ ਖਾਤੇ ਸੋਚ ਕੀ ਬਣਾਈ ਹੋਈ ਹੈ ਕਹਿੰਦੇ ਵੀ ਇਹ ਇੰਨੇ ਤਗਮੇ ਇਕੱਠੇ ਕਰਨੇ ਸਾਡਾ ਸਰ ਸ਼ੁਰੂ ਤੋਂ ਮਤਲਬ ਜਿਹੜੇ ਧਿਆਨ ਉਹ ਗੇਮਾਂ ਵੱਲ ਹੁੰਦੇ ਸਾਨੂੰ ਇੰਟਰਸਟ ਹੁੰਦਾ ਸੁਰੂ ਤੋਂ ਹਰ ਗੇਮਰਾਂ ਵੀ ਅਸੀਂ ਕਿਸੇ ਗੇਮ ਨਾਲ ਜੁੜੀ ਹਾਂਜੀ ਸਰ ਉਹ ਕਹਿੰਦੇ ਨੇ ਦੁੱਧ ਦਹੀਂ ਕਾ ਖਾਣਾ ਇਹ ਕੀ ਡਾਇਲੌਗ ਜਾਂਦਾ ਕਹਿੰਦਾ ਮਾਰਾ ਦੇਸ਼ ਹਰਿਆਣਾ ਐਂ ਕਹਿੰਦੇ ਨੇ ਨਾ ਕੀ ਕਹਿੰਦੇ ਹੁੰਦੇ ਇਹ ਦੁੱਧ ਦਹੀਂ ਕਾ ਖਾਣਾ ਮਾਰਾ ਦੇਸ਼ ਰੇਣੇ ਖਾਣ ਪੀਣ ਵੀ ਵੱਖਰਾ ਤੇ ਸਵੇਰੇ ਕਹਿੰਦੇ ਉੱਠ ਕੇ ਕਹਿੰਦੇ ਤਾਊ ਵਰਗੇ ਕਹਿੰਦੇ ਵੀ ਚੱਲ ਛੋਰਾ ਪਹਿਲਾਂ ਗਰਾਊਂਡ ਦਾ ਚੱਕਰ ਲਗਾ ਕੇ ਆ ਇਹ ਹੀ ਗੱਲ ਹੁੰਦੀ ਹੈ ਮੱਕੀ ਗੱਲ ਹੈ ਹਾਂਜੀ ਹਾਂਜੀ ਸਰ ਤੇ ਹੁਣ ਕੀ ਸੋਚ ਕੀ ਬਣਾਈ ਹੈ ਬ੍ਰਦਰ ਕਿਉਂਕਿ ਪੰਜਾਬ ਤੁਸੀਂ ਹਰਿਆਣੇ ਤੋਂ ਪੰਜਾਬ ਚ ਆ ਕੇ ਟ੍ਰੇਨਿੰਗ ਕਰ ਰਹੇ ਹੋ ਕੀ ਸੋਚ ਸੁਪਨਾ ਕੀ ਸੋਚਿਆ ਸੁਪਨਾ ਸਰ ਮੇਰਾ ਤਾਂ ਬਸ ਟ੍ਰਾਇਲ ਤਾਂ ਕਲੀਅਰ ਹੋ ਰ ਮੈਸੀ ਆਈ ਸਰ ਦਾ ਪੇਪਰਿੰਦੇ ਅੱਛਾ ਹਾਂਜੀ ਆਰਮੀ ਜਾਂਦਾ ਜੀਮ ਵਿੱਚ ਆਰਮੀ ਚੰਦਰ ਡ੍ਰੀਮ ਕਿਉਂਕਿ ਮੈਂ ਦੇਖਿਆ ਯਾਰ ਕਹਿੰਦੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਹਰਿਆਣੇ ਵਾਲਾ ਬਾਰਡਰ ਜਾ ਪਾਰ ਕਰ ਲੈਂਦੇ ਹੋ ਤਾਂ ਐ ਨਹੀਂ ਕਹਿੰਦੇ ਪੰਜਾਬ ਚ ਨਸ਼ੇ ਆ ਤਾਉ ਵਰਗੇ ਨਹੀਂ ਕਹਿੰਦੇ ਵੀ ਉਧਰ ਚੱਲਿਆ ਕਹਿੰਦੇ ਤਾਂ ਹੈਗਾ ਸਰ ਉਹਦਾ ਆਪਣੀ ਦੇ ਖੋਤੇ ਡਿਪੈਂਡ ਕਰਦਾ ਹੈ ਪਰ ਜਿਹੜੀ ਸੰਗਤ ਬੰਦਾ ਜੁਆਇਨ ਕਰਦਾ ਉਹਦਾ ਦਾ ਬਣਦਾ ਹੈ ਹਰਿਆਣੇ ਦੇ ਕਿਹੜੇ ਹਾਲਾਤ ਨੇ ਹਰਿਆਣੇ ਚ ਵੀ ਕਹਿੰਦੇ ਬਹੁਤ ਆ ਯਾਰ ਨਹੀਂ ਸਰ ਸਾਡੇ ਉਧਰ ਮਾਹੌਲ ਠੀਕ ਹੈ ਇਧਰ ਥੋੜਾ ਖਰਾਬ ਹੈ ਇੱਥੇ ਥੋੜਾ ਖਰਾਬ ਹੈ ਇਹ ਇਹ ਇੱਥੇ ਵੀ ਦੇਖ ਕੇ ਕਿਵੇਂ ਲੱਗਿਆ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ ਜਾਂ ਜਿਆਦਾ ਹੈ ਹੀ ਹੈ ਉਹਦਾ ਸਰ ਬਦਨਾਮ ਤਾਂ ਐਵੇਂ ਨਹੀਂ ਕਰਦੇ ਜਿਹੜਾ ਹੁਣ ਜਿਹੜਾ ਬੰਦਾ ਐਵੇਂ ਦੇ ਬੰਦੇ ਨਾਲ ਜਾਂ ਰਹਿੰਦਾ ਬੰਦਾ ਉਹੀ ਏਦਾਂ ਦਾ ਬਣਦਾ ਹੀ ਨਹੀਂ ਉਹ ਤਾਂ ਬੰਦੇ ਦੇ ਖੂਤੇ ਡਿਪੈਂਡ ਕਰਦਾ ਵੀ ਆਪਾਂ ਕਿਵੇਂ ਦਾ ਬਣਨਾ ਜਾਂ ਕਿਵੇਂ ਦਾ ਅਖਵਾਉਣਾ ਆਪਾਂ ਲੋਕਾਂ ਤੋਂ ਬਿਲਕੁਲ ਜੇ ਮੈਂ ਪਿੰਡ ਦੀ ਗੱਲ ਕਰਾਂ ਪਿੰਡ ਦੇ ਵਿੱਚ ਤੁਸੀਂ ਰਹਿ ਰਹੇ ਹੋ ਕਿੰਨਾ ਕੁ ਮਾਹੌਲ ਖਰਾਬ ਲੱਗਿਆ ਪਿੰਡ ਦਾ ਕਿਉਂਕਿ ਪਿੰਡ ਦਾ ਤਾਂ ਬਣਾ ਹੀ ਬਹੁਤ ਜ਼ਿਆਦਾ ਬਦਨਾਮ ਕਰਤਾ ਇਹਨਾਂ ਨੇ ਮਾਹੌਲ ਤਾਂ ਖਰ ਠੀਕ ਆ ਖਰਾਬ ਬੀ ਮਤਲਬ ਇੰਨਾ ਵੀ ਹੈ ਨਹੀਂ ਹੈ ਨਹੀਂ ਗਏ ਜਿਨ੍ਹਾਂ ਦਾ ਨਾ ਬਦਨਾਮ ਕਰ ਮੈਂ ਨਾ ਨਾ ਬਦਨਾਮ ਕਰੀ ਜਾਂਦਾ ਮੈਂ ਦੇਖਿਆ ਤੇ ਤੁਸੀਂ ਜਿਵੇਂ ਹੁਣ ਵਰਕਆਊਟ ਕਰ ਰਹੇ ਹੋ ਜੇ ਹ ਅਜੀ ਪੁਰਸਾਲੀ ਆ ਵੀ ਜਿਹੜੇ ਦੇਖਦਾ ਖਾਈ ਉਹਨੂੰ ਮਾਲਾ ਨਹੀਂ ਕਹੀਦਾ ਹੁੰਦਾ ਆਪਾਂ ਇਹ ਪਿੰਡ ਦਾ ਖਾਨੇ ਤਾਂ ਕਰਕੇ ਪੈਨੂ ਮਾੜਾ ਗੈ ਨਹੀਂ ਸਕਦੇ ਹਾਂ ਨਹੀਂ ਵੈਸੇ ਵੀ ਵੈਸੇ ਜੇ ਸਚਾਈ ਦੀ ਗੱਲ ਵੀ ਕਰੀਏ ਨਹੀਂ ਸਰ ਉਹ ਤਾਂ ਫਿਰ ਜਿਹੜੇ ਕਰਦੇ ਉਹ ਤਾਂ ਕਰਦੇ ਹੋਣਗੇ ਹਾਂ ਹਾਂਜੀ ਸਰ ਪਰ ਜੇ ਹੁਣ ਮੈਂ ਦੇਖਿਆ ਤੁਸੀਂ ਵਰਕਆਊਟ ਕਰ ਰਹੇ ਸੀ ਇੱਥੇ ਕੱਚਾ ਟਰੈਕ ਹੈ ਪਰ ਇਹ ਵਧੀਆ ਲੱਗਦਾ ਇਹ ਹਾਲਾਤ ਇੱਥੋਂ ਦੇ ਵਧੀਆ ਲੱਗਦਾ ਜੀ ਪਤਾ ਕੀ ਅੱਲਾ ਸਰ ਮਤਲਬ ਇੰਦੇ ਜਦੋਂ ਆਪਾਂ ਪੱਕੇ ਗਰਾਉਂਡ ਦੇ ਵਿਚਾਰ ਰਨਿੰਗ ਵੈਰਾ ਕਰਦੇ ਉਹਦੇ ਵਿੱਚ ਇੰਜਰੀ ਇੰਜਰੀ ਹੋਣ ਦਾ ਜ਼ਿਆਦਾ ਔਰ ਇਹਦੇ ਤਾਂ ਕਰਕੇ ਆਪਾਂ ਜਦੋਂ ਕੱਚੇ ਗਰਾਊਂਡ ਦੇ ਵਿੱਚ ਵਰਕ ਕਰਦੇ ਆ ਆਪਾਂ ਨੂੰ ਕੋਈ ਮੱਲੇ ਪੈਰ ਚ ਇੰਜਰੀ ਵਗੈਰਾ ਜਾਂ ਠੋਕਣ ਦੇ ਵਗੈਰਾ ਦਾ ਕੋਈ ਇਦਾਂ ਨਾ ਕੋਈ ਖਤਰਾ ਨਹੀਂ ਨਾ ਸਰ ਸਵੇਰੇ ਇੱਕ ਨਾ ਫੌਜੀਆਂ ਨੂੰ ਆਦਤ ਹੁੰਦੀ ਹੈ ਡੰਡਾ ਲੈ ਕੇ ਸਵੇਰੇ ਠਾਣੇ ਚਲੋ ਕਾਕਾ ਚਲੋ ਕਾਕਾ ਉਹ ਹੁੰਦੀ ਹੈ ਪਰ ਸਵੇਰੇ ਸਿਰ ਹੁੰਦੀ ਹੈ ਹਾਂਜੀ ਉਦੋਂ ਉਦੋਂ ਦਿਲ ਚ ਗਾਲਾਂ ਹੀ ਤਾਂ ਨਹੀਂ ਕੱਢਦੇ ਯਾਰ ਕਿੱਥੇ ਟਾਈਮ ਨਾਲ ਹੀ ਉੱਠ ਕੇ ਆ ਗਿਆ ਯਾਰ ਸਾਡੇ ਰੂਟੀਨ ਬੰਨਦੇ ਸਾਡਾ ਤਾਂ ਅੱਛਾ ਹਾਂਜੀ ਸਰ ਨਹੀਂ ਮੈਂ ਦੇਖਿਆ ਆਰਮੀ ਦੀ ਜਦੋਂ ਟ੍ਰੇਨਿੰਗ ਹੁੰਦੀ ਹੈ ਨਾ ਉਦੋਂ ਉਦੋਂ ਤਾਂ ਬਹੁਤੂ ਵੀ ਜ਼ਿਆਦਾ ਹਾਰਡ ਹੋ ਜਾਂਦਾ ਉੱਥੇ ਜਾ ਕੇ ਕੰਮ ਉਦੋਂ ਤਾਂ ਕਹਿੰਦੇ ਵੀ ਸਵੇਰੇ ਜਿਹੜਾ ਟਾਈਮ ਦੇਤਾ ਜੇ ਉਸ ਟਾਈਮ ਤੁਸੀਂ ਨਹੀਂ ਆਏ ਤਾਂ ਤੁਹਾਨੂੰ ਪੂਰੇ ਦਿਨ ਦਾ ਖਾਣਾ ਨਹੀਂ ਮਿਲਣਾ ਹਾਂਜੀ ਸਰ ਇੱਥੇ ਦਾ ਮਤਲਬ ਇਹ ਹੁੰਦਾ ਕੂ ਲੱਗਦਾ ਫਿਰ ਕਦੇ ਕਦੇ ਹਾਂਜੀ ਸਰ ਕਦੇ ਕਦੇ ਲੱਗ ਜਾਂਦੇ ਅੱਛਾ ਪਿੱਟੂ ਹੁੰਦਾ ਕੀ ਹੈ ਬਸ ਯਾਰ ਮੈਨੂੰ ਪੂਰੀ ਨੌਲੇਜ ਨਹੀਂ ਉਹਦੇ ਬਾਰੇ ਨਹੀਂ ਪਿੱਟੂ ਸਰ ਇਦਾਂ ਬੈਗ ਹੁੰਦਾ ਏ ਕੋਈ ਤਰ੍ਹਾਂ ਉਹਦੇ ਵਿੱਚ ਵੇਟ ਹੁੰਦਾ ਸਰ ਹਾਂਜੀ ਤੇ ਲਵਾਣ ਦੇ ਫੌਜੀ ਸਰ ਟੈਟੂ ਰੀ ਚਕਾਉਂਦੇ ਨੇ ਮੈਨੂੰ ਲੱਗਦਾ ਇੱਥੇ ਤੁਸੀਂ ਦੇਖੀ ਹੈ ਕਿਵੇਂ ਭਾਈ ਦੇ ਮਗਰ ਮੁੰਡੇ ਟਾਇਰ ਪਾ ਕੇ ਸੈਂਟਲ ਬਣ ਜਿਹੇ ਅੱਛਾ ਤੇ ਜੇਕਰ ਲੇਟ ਆਓਗੇ ਤਾਂ ਫਿਰ ਉਹ ਟਾਇਰ ਪਾ ਕੇ ਘੁੰਮਣਾ ਪਊਗਾ ਅੱਛਾ ਪਨਿਸ਼ਮੈਂਟ ਮਿਲਦੀ ਹੈ ਜੀ ਮਿਲਦੀ ਹੈ ਹਾਂ ਨੇ ਚੱਲ ਪਈ ਸਭ ਮੁੰਡੇ ਕਹਿੰਦੇ ਪਨਿਸ਼ਮੈਂਟ ਵੀ ਲੱਗ ਜਾਂਦੀ ਹੈ ਫਿਰ ਕਹਿੰਦੇ ਜੇ ਨਹੀਂ ਆਉਂਦੇ ਤਾਂ ਯੋ ਕੋਈ ਡਿਸਪਲਨ ਬਹੁਤ ਜ਼ਰੂਰੀ ਆ ਹਨਾ ਜਿਹੜਾ ਬੱਚਾ ਟਾਈਮ ਤੇ ਨਹੀਂ ਆਊਗਾ ਤੇ ਉਹਨੂੰ ਫਿਰ ਉਹਦੇ ਅਕੋਰਡਿੰਗ ਆਪਾਂ ਨਾਲ-ਨਾਲ ਮੈਂਟੇਨ ਰੱਖਦੇ ਆਂ ਸਜ਼ਾ ਵੀ ਹਨਾ ਉਹ ਸਜ਼ਾ ਨਹੀਂ ਕਹਿ ਲੋ ਮਤਲਬ ਕਰਾਉਨੇ ਆਪਾਂ ਵਰਕ ਹੀ ਆ ਜਿਹੜਾ ਕਿ ਉਹਦੀ ਬਾਡੀ ਨੂੰ ਹੋਰ ਮੈਂਟੇਨ ਰੱਖੇ ਤੇ ਮਤਲਬ ਇਹਨੂੰ ਮੈਂ ਸਜ਼ਾ ਨਹੀਂ ਕਹਿ ਸਕਦਾ ਅੱਛਾ ਹਾਂ ਲੇਕਿਨ ਉਹਨੂੰ ਥੋੜਾ ਜਿਆ ਲੱਗੇ ਵੀ ਮੈਨੂੰ ਅੱਜ ਸਜ਼ਾ ਮਿਲੀ ਆ ਤਾਂ ਕੱਲ ਤੋਂ ਅੱਗੇ ਤੋਂ ਫਿਰ ਡਿਸਪਲਨ ਦੇ ਵਿੱਚ ਰਹੂਗਾ ਹੁਣ ਸੁਖਪਾਲ ਚਿੱਟੇ ਵਾਲਾ ਪਿੰਡ ਹਾਂਜੀ ਜੱ ਫੌਜੀਆ ਤੇ ਪੁਲਿਸ ਵਾਲਿਆਂ ਵਾਲਾ ਪਿੰਡ ਹਾਂਜੀ ਕਿੱਧਰ ਨੂੰ ਜਾਣੀ ਆ ਬਿਸ਼ਾ ਦੇਖੋ ਸਰ ਭਾਵੇਂ ਕਿੰਨਾ ਵੀ ਕੋਈ ਬਦਨਾਮ ਕਰੇ ਹੈ ਨਾ ਮੇਰੇ ਪਿੰਡ ਨੂੰ ਪਿੰਡ ਗਵਿੰਦਪੁਰੇ ਨੂੰ ਮਤਲਬ ਚਿੱਟੇ ਵਾਲਾ ਪਿੰਡ ਕਹ ਲਓ ਜਾਂ ਕੁਛ ਵੀ ਕਹ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਇਹ ਕੋਸ਼ਿਸ਼ ਆ ਵੀ ਇਹ ਡਿਫੈਂਸ ਨਾਲ ਸਾਰਾ ਪਿੰਡ ਜੁੜਿਆ ਹੋਊਗਾ ਤੇ ਸਾਰੇ ਬੱਚੇ ਸਿਹਤਮੰਦ ਹੋਣਗੇ ਉਹਨਾਂ ਦੇ ਆਉਣ ਵਾਲੀ ਨਵੀਂ ਜਨਰੇਸ਼ਨ ਵੀ ਬਹੁਤ ਵਧੀਆ ਤਰੀਕੇ ਨਾਲ ਮੈਂਟੇਨ ਹੋਊਗੀ ਤੇ ਦੋਨੇ ਚ ਕਹਿ ਲੋ ਵੀ ਆਰਮੀ ਨਾਲ ਵੀ ਜੋੜਨਗੇ ਤੇ ਕਾਸਟੇਬਲ ਪੰਜਾਬ ਪੁਲਿਸ ਨਾਲ ਵੀ ਪ੍ਰੋਪਰਲੀ ਮੈਂ ਡਿਫੈਂਸ ਨਾਲੇ ਸਾਰੇ ਪਿੰਡ ਨੂੰ ਜੋੜ ਦੇਣਾ। ਬਈ ਇੱਕ ਨਾ ਤੁਸੀਂ ਕਿਹਾ ਸੀ ਗੱਲ ਕਹਿੰਦਾ ਵੀ ਤੁਹਾਡੇ ਤੁਹਾਨੂੰ ਇੱਕ ਤਾਨਾ ਮਾਰਿਆ ਸੀ ਕਹਿੰਦਾ ਯਾਰ ਤੁਹਾਡੇ ਪਿੰਡ ਤਾਂ ਕਿਸੇ ਨਾਲ ਰਿਸ਼ਤਾ ਨਹੀਂ ਕਰਨਾ ਹਣਾ ਤੇ ਫਿਰ ਰਿਸ਼ਤੇ ਵਾਲਿਆਂ ਦੀ ਲਾ ਦੇਣੀ ਹੈ ਲੈਂਡ ਪਿੰਡ ਦੀ। ਪੱਕਾ ਸਰ ਪੱਕਾ ਕਿਉਂਕਿ ਤੁਸੀਂ ਦੇਖ ਹੀ ਲਓ ਮੁੰਡੇ ਕਿੰਨੇ ਮੈਂਟੇਨ ਆ ਹਨਾ ਵਧੀਆ ਵੈਗਰੂ ਦੀ ਕਿਰਪਾ ਨਾਲ ਜਿਹੜੇ ਫਿਜ਼ੀਕਲ ਨਾਲ ਜੁੜਦੇ ਆ ਹਮੇਸ਼ਾ ਉਹਨਾਂ ਦਾ ਕਹਿੰਦੇ ਜ਼ਰੂਰੀ ਨਹੀਂ ਵੀ ਤੁਸੀਂ ਨੌਕਰੀ ਲਈ ਬਿਲਕੁਲ ਗਰਾਊਂਡ ਨਾਲ ਜੁੜਨਾਗਾ। ਜੇ ਤੁਸੀਂ ਫਿਜ਼ੀਕਲ ਵਰਕ ਕਰੋਗੇ ਤੁਹਾਡਾ ਮੈਂਟਲੀ ਪਰਪਸ ਵੀ ਸਟਰੋਂਗ ਹੋਊਗਾ ਹਨਾ ਤੇ ਤੁਸੀਂ ਕਿਸੇ ਵੀ ਵੈਕੈਂਸੀ ਨੂੰ ਕਿਸੇ ਵੀ ਇਵੈਂਟ ਨੂੰ ਸਹੀ ਤਰੀਕੇ ਨਾਲ ਤੁਸੀਂ ਸੈੱਟ ਕਰ ਸਕਦੇ ਆ ਤੇ ਹਰ ਕੋਈ ਵੱਡੀ ਨਹੀਂ ਨੌਕਰੀ ਵੀ ਜਿਹੜੇ ਨੂੰ ਤੁਸੀਂ ਕਵਰ ਨਹੀਂ ਕਰ ਸਕਦੇ ਜੇ ਤੁਸੀਂ ਮੈਂਟਲੀ ਤੌਰ ਤੇ ਰੈਡੀ ਹੋ ਤੇ ਇਸ ਕਰਕੇ ਮਤਲਬ ਅਗਰ ਪਿੰਡ ਦੇ ਵਿੱਚ ਚੰਗਾ ਰੁਜ਼ਗਾਰ ਲੈ ਕੇ ਆਉਣਗੇ ਬੱਚੇ ਉਹਨਾਂ ਦੀ ਤਿਆਰੀ ਵਧੀਆ ਤਰੀਕੇ ਨਾਲ ਹੋਊਗੀ ਚੰਗੀਆਂ ਪੋਸਟਾਂ ਤੇ ਜਾਣਗੇ ਤਾਂ ਆਲਰੇਡੀ ਸਾਰਾ ਪਰਿਵਾਰ ਸাকसेस ਹੋਊਗਾ ਤੇ ਰਿਸ਼ਤਿਆਂ ਦੀ ਤਾਂ ਆਟੋਮੈਟਿਕਲੀ ਲਾਈਨ ਲੱਗ ਜਾਣੀ ਆ ਬਿਲਕੁਲ ਅ ਅੱਜ ਪਿੰਡ ਗਵਿੰਦਪੁਰਾ ਤਸਵੀਰ ਦਿਖਾਈ ਹੈ ਪਿੰਡ ਗਵਿੰਦਪੁਰਾ ਦੀ ਕਹਿੰਦੇ ਗਵਿੰਦਪੁਰਾ ਪਿੰਡ ਚਿੱਟੇ ਦੇ ਸਰਕਲ ਦੇ ਵਿੱਚ ਹੈ ਚਿੱਟਾ ਨਾਲ ਬਦਨਾਮ ਕਹਿੰਦੇ ਉਹ ਪਿੰਡ ਹੋ ਚੁੱਕਿਆ ਪਰ ਸਭ ਤੋਂ ਵੱਡੀ ਜੇਕਰ ਮੈਂ ਗੱਲ ਕਰਾਂ ਤਾਂ ਹਾਲਾਤ ਪਿੰਡ ਦੇ ਅ ਕੁਛ ਨਾ ਕੁਛ ਹੋਰ ਦਿਸ਼ਾ ਦੇ ਵੱਲ ਜਾ ਰਹੇ ਆ ਕਹਿੰਦੇ ਫੌਜੀ ਸਾਹਿਬ ਨੂੰ ਤਾਨਾ ਮਾਰਿਆ ਵੀ ਫੌਜੀ ਸਾਹਿਬ ਅ ਨਸ਼ਾ ਵਾਲੇ ਪਿੰਡ ਤੋਂ ਆਉਂਦੇ ਆ ਨਸ਼ਾ ਵਿਕਣ ਵਾਲੇ ਪਿੰਡ ਤੋਂ ਆਉਂਦੇ ਆ ਨਸ਼ਾ ਕਰਨ ਵਾਲੇ ਪਿੰਡ ਤੋਂ ਆਉਂਦੇ ਆ ਪਰ ਫੌਜੀ ਸਾਹਿਬ ਕਹਿੰਦੇ ਵੀ ਅਸੀਂ ਇਸ ਪਿੰਡ ਨੂੰ ਫੌਜੀਆਂ ਤੇ ਪੁਲਿਸ ਵਾਲਿਆਂ ਦਾ ਪਿੰਡ ਬਣਾ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਿੰਡ ਦੀ ਜਿਹੜੀ ਦਿਸ਼ਾ ਤੇ ਪਿੰਡ ਦਾ ਨਾਮ ਹੈ ਜਿਹੜਾ ਉਹਦੇ ਨਾਲ ਲੋਗੋ ਹੋਰ ਲਾ ਦੇਣਾ ਮੈਂ ਗਵਿੰਦਪ੍ਰਾਪ ਤੋਂ ਮਨੀਸ਼ ਦੇ ਨਾਲ ਜੱਸੀ ਬਰਾੜ ਦੇਖਦੇ ਹੋ ਪ੍ਰਾਈਮੇਰੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਾਸੇ ਕਾਲ ਜੀ